ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਰਦਾਰ ਜਰਨੈਲ ਸਿੰਘ ਔਜਲਾ ਜੀ। ਸਰਦਾਰ ਜਰਨੈਲ ਸਿੰਘ ਔਜਲਾ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦੀਨ ਦੁਖੇ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸਰਦਾਰ ਜਰਨੈਲ ਸਿੰਘ ਔਜਲਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਪਿੰਡ ਸਹਿਬਾਜਪੁਰ ਟਾਂਡਾ ਵਿਖੇ ਪਾਏ ਗਏ। ਸਰਦਾਰ ਜਰਨੈਲ ਸਿੰਘ ਔਜਲਾ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰਨੀ ਨਰਿੰਦਰ ਕੌਰ, ਸਰਦਾਰ ਤੇਜਪਾਲ ਸਿੰਘ USA ਸਪੁੱਤਰ, ਗੁਰਸਿਮਰਨ ਸਿੰਘ ਸਪੁੱਤਰ, ਗੁਰਦੀਪ ਸਿੰਘ ਬਾਠ ਅਤੇ ਸਮੂਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਆਪੇ ਹੀ ਕਾਜ ਸਵਾਰੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜੈਸੇ ਜਲ ਤੇ ਗੁਦਗੁਦਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਮੀਤ। ਤੁਧਿਆ ਕੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰ। ਸਭ ਕਲਾ ਸੰਗਤ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਜਾਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ, ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਮਾਨ ਗੁਰ ਹਰਿਮਹਿਤਰ ਸਾਹਿਬ ਸਰਦਾਰ ਜਰਨੈਲ ਸਿੰਘ ਜੀ ਜੋ ਅਕਾਲ ਚਲਾਣਾ ਕਰ ਗਏ ਨੇ, ਉਹਨਾਂ ਦੇ ਪਿਆਰ ਵਿੱਚ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਬਾਣੀ ਦਾ ਕੀਰਤਨ ਮਨ ਜੋ ਭੈਣ ਜੀ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਪਾਂ ਦੇਖਦੇ ਹਾਂ ਸਰਦੀ ਦੀ ਰੁੱਤ ਬਤੀਤ ਹੋਈ ਹੈ। ਸਰਦੀ ਦੀ ਰੁੱਤ ਵਿੱਚ ਬੜੀ ਕਰੜੀ ਠੰਡ ਪੈਂਦੀ ਹੈ, ਕੱਕਰ ਪੈਂਦਾ ਹੈ। ਇਸ ਕੱਕਰ ਦੇ ਨਾਲ ਦਰਖਤਾਂ ਦੇ ਪੱਤੇ ਜਿਹੜੇ ਨੇ ਉਹ ਇਸ ਤਰੀਕੇ ਦੇ ਹੋ ਜਾਂਦੇ, ਸਹਿਜੇ ਸਹਿਜੇ ਝੜਨੇ ਸ਼ੁਰੂ ਹੋ ਜਾਂਦੇ ਨੇ। ਹਵਾ ਵਗਦੀ ਹੈ, ਪੱਤੇ ਝੜ ਜਾਂਦੇ, ਦਰਖਤ ਖਾਲੀ ਹੋ ਜਾਂਦੇ ਨੇ। ਆਪਾਂ ਕਹਿੰਦੇ ਪੱਤ ਝੜਦੀ ਰੁੱਤ ਆ ਗਈ ਹੈ। ਇਸ ਬਦਲਦੀ ਹੋਈ ਰੁੱਤ ਨੂੰ ਦੇਖ ਕੇ ਬਾਬਾ ਫਰੀਦ ਸਾਹਿਬ ਜੀ ਨੇ ਇਸ ਸੰਸਾਰ ਦੀ ਗੱਲ ਕੀਤੀ ਹੈ। ਸ਼ੱਕ ਨਹੀਂ ਕਿ ਬੜਾ ਦੁੱਖ ਹੁੰਦਾ ਹੈ, ਕਿਉਂਕਿ ਸਾਡਾ ਉਹਦੇ ਨਾਲ ਪਿਆਰ ਹੁੰਦਾ ਹੈ, ਸਾਡੀ ਉਹਦੇ ਨਾਲ ਸਾਂਝ ਹੁੰਦੀ ਹੈ। ਇਹ ਗੱਲ ਆਪਾਂ ਦੇਖਦੇ ਜਦੋਂ ਸਾਡਾ ਜਾਂਦਾ ਸਾਨੂੰ ਦੁੱਖ ਹੁੰਦਾ ਹੈ, ਹੋਰ ਕਿਸੇ ਦੇ ਜਾਏ ਫਿਰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਉਹ ਸਾਡਾ ਨਹੀਂ ਹੈ। ਕਿੰਨੀ ਦੁਨੀਆਂ ਹੋਰ ਤੁਰੀ ਜਾ ਰਹੀ ਹੈ, ਕਈਆਂ ਨੂੰ ਤਾਂ ਅਸੀਂ ਤੋਰਨ ਦੇ ਲਈ ਤਿਆਰ ਰਹਿੰਦੇ ਹਾਂ, ਉਦੋਂ ਸਾਨੂੰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਨਾਲ ਸਾਡਾ ਕੋਈ ਸੁਨੇਹ ਨਹੀਂ ਹੈ, ਉਹਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਸਾਡਾ ਕੋਈ ਸਵਾਰਥ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ। ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਬੜਾ ਪਿਆਰਾ ਬਚਨ, ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਏ, ਗੁਰਮਤਿ ਦਾ ਲਫ਼ਜ਼ ਹੈ ਚਲਾਣਾ ਕਰ ਜਾਣਾ। ਆਮ ਲੋਕੀ ਕਹਿੰਦੇ ਕਿ ਮਰ ਗਿਆ, ਪਰ ਗੁਰਬਾਣੀ ਨੇ ਮਰ ਗਿਆ ਲਫ਼ਜ਼ ਨਹੀਂ ਵਰਤਿਆ। ਮਰ ਗਿਆ ਲਫ਼ਜ਼ ਆਪਾਂ ਆਮ ਵਰਤਦੇ ਹਾਂ। ਦਰਅਸਲ ਸਰੀਰ ਨੂੰ ਤਿਆਗਣਾ ਮੌਤ ਹੈ ਹੀ ਨਹੀਂ, ਅਸੀਂ ਸਰੀਰ ਨੂੰ ਤਿਆਗਣਾ ਮੌਤ ਗਿਣੇ ਹੈ, ਸਰੀਰ ਨੂੰ ਤਿਆਗਣਾ ਮੌਤ ਨਹੀਂ ਹੈ। ਰਾਮਕਲੀ ਰਾਗ ਵਿੱਚ ਸਤਿਗੁਰੂ ਜੀ ਦੇ ਬੜੇ ਪਿਆਰੇ ਬਚਨ ਨੇ, ਕਹਿਣਗੇ ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਦਾ ਲਜਾਇਆ, ਮਾਟੀ ਮਾਟੀ ਹੋਈ ਏਕ, ਰੋਮਣ ਹਾਰੇ ਕੀ ਕਵਨ ਠੇਕ, ਕਵਨ ਮੁਆ ਰੇ ਕਵਨ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਕਹਿਣ ਲੱਗੇ ਕਿ ਕੌਣ ਮਰਿਆ? ਰੱਬ ਦੇ ਪਿਆਰਿਆਂ ਨਾਲ ਜਾਂ ਜਿਨ੍ਹਾਂ ਨੂੰ ਬ੍ਰਹਮ ਦੀ ਸੋਝੀ ਹੋ ਗਈ, ਉਹਨਾਂ ਕੋਲ ਬੈਠ ਕੇ ਤੁਸੀਂ ਗੱਲਬਾਤ ਕਰੋਗੇ, ਤੁਹਾਨੂੰ ਪਤਾ ਲੱਗੇਗਾ। ਅਤੇ ਇੱਕ ਭਾਣਾ ਵਰਤੇ ਆ, ਆਪਣੇ ਦੂਤਾਂ ਨੂੰ ਭੇਜ ਦਿੰਦੇ, ਜਿਸ ਵੇਲੇ ਪਹਿਲੇ ਮਨੁੱਖ ਕੋਲ ਜਾਂਦਾ ਉਹਦੇ ਚਾਹ ਹੀ ਚੜ੍ਹ ਜਾਂਦਾ ਕਿ ਮੈਂ ਤਾਂ ਤੁਹਾਨੂੰ ਯਾਦ ਹੀ ਕਰ ਰਿਹਾ ਸੀ। ਰੱਬ ਦੇ ਪਿਆਰਿਆਂ ਨੂੰ ਜਦੋਂ ਸ਼ਰਧਾ ਹੁੰਦਾ ਹੈ ਨਾ, ਉਹਨਾਂ ਨੂੰ ਚਾਹ ਹੀ ਚੜ੍ਹ ਜਾਂਦਾ ਕਿ। ਸੋ ਇਹ ਸਾਰੀਆਂ ਨਿਯਮਤਾਂ ਬਾਰੇ ਸਾਨੂੰ ਵੀ ਗੌਰ ਕਰਨ ਦੀ ਜ਼ਰੂਰਤ ਹੈ ਕਿ ਪਰਮਾਤਮਾ ਸਾਨੂੰ ਵੀ ਇਹੋ ਜਿਹੇ ਗੁਣ ਦੇਵੇ। ਮੈਂ ਇਸ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਦਾ ਅਤੇ ਪਰਮਾਤਮਾ ਅੱਗੇ ਆਸਾ ਕਰਦਾ ਕਿ ਪਰਮਾਤਮਾ ਮਾਸਟਰ ਜੀ ਨੂੰ, ਜਰਨੈਲ ਸਿੰਘ ਜੀ ਔਜਲਾ ਜੀ ਨੂੰ ਸਵਰਗਾਂ ਵਿੱਚ ਪਾ ਸਕੇ। ਵਾਹਿਗੁਰੂ ਜੀ। ਸੋ ਇਹ ਸਾਰੀਆਂ ਨਿਯਮਤਾਂ ਬਾਰੇ ਸਾਨੂੰ ਵੀ ਗੌਰ ਕਰਨ ਦੀ ਜ਼ਰੂਰਤ ਹੈ ਕਿ ਪਰਮਾਤਮਾ ਸਾਨੂੰ ਵੀ ਇਹੋ ਜਿਹੇ ਗੁਣ ਦੇਵੇ। ਮੈਂ ਇਸ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਦਾ ਅਤੇ ਪਰਮਾਤਮਾ ਅੱਗੇ ਆਸਾ ਕਰਦਾ ਕਿ ਪਰਮਾਤਮਾ ਮਾਸਟਰ ਜੀ ਨੂੰ, ਜਰਨੈਲ ਸਿੰਘ ਜੀ ਔਜਲਾ ਜੀ ਨੂੰ ਸਵਰਗਾਂ ਵਿੱਚ ਪਾ ਸਕੇ। ਵਾਹਿਗੁਰੂ ਜੀ। ਅੱਜ ਜੋ ਇਹ ਇਕੱਤਰਤਾ ਹੋਈ ਹੈ ਇੱਕ ਰੂਹ ਦੇ ਜਾਣ ਨਾਲ, ਪਿਆਰ ਦੀਆਂ ਤੰਦਾਂ ਸਾਂਝੀਆਂ ਕਰਨ ਵਾਸਤੇ ਆਪ ਸਭ ਸਾਡੇ ਇਸ ਵਿਛੋੜੇ ਦੇ ਸਮੇਂ ਵਿੱਚ ਕੁਝ ਧਰਵਾਸ ਦੇਣ ਵਾਸਤੇ ਜਾਂ ਉਹਨਾਂ ਦੀ ਵਿਛੜੀ ਰੂਹ ਦੇ। ਵਚਨ ਹੈ, ਜਿਨ ਮੇਰਾ ਸਾਹਿਬ ਵਿਸਰੈ ਵੱਡੀ ਬੇਦਨ ਤਿਨਾਂ, ਜਿਨ੍ਹਾਂ ਨੂੰ ਮੇਰਾ ਮਾਲਕ ਵਾਹਿਗੁਰੂ ਇੱਥੇ ਰਹਿੰਦਿਆਂ ਭੁੱਲ ਜਾਏ, ਵੱਡੀ ਪੀੜਾ ਤੇ ਉਹਨਾਂ ਵਾਸਤੇ ਹੈ। ਵੱਡੀ ਬੇਦਨ ਪੀੜਾ ਤਿਨਾਂ ਉਹਨਾਂ ਨੂੰ ਹੈ, ਉਹਦਾ ਤੇ ਸਾਰਿਆਂ ਨੇ ਮਾਰਨਾ, ਅੱਗੇ ਜਾ ਕੇ ਵੀ ਪਤਾ ਨਹੀਂ ਮਿਲਦਾ ਕੋਈ ਕਿ ਨਹੀਂ ਮਿਲਦਾ। ਪਰ ਸਰਦਾਰ ਸਾਹਿਬ ਜਦੋਂ ਚੰਗਾ ਬੋਲਿਆ, ਚੰਗਾ ਕੀਤਾ, ਸੋ ਇਹ ਸਾਰਾ ਉਹਨਾਂ ਦਾ ਹੀ ਜੋ ਮੇਰੇ ਪਿੱਛੇ ਹੱਥ ਜਾਂ ਮੈਨੂੰ ਮਾਲਕ ਦੇ ਨਾਲ ਜੋੜਨ ਵਾਸਤੇ ਜੋ ਵੀ ਸਭ ਉਹਨਾਂ ਦੀ ਹੀ ਦੇਣ ਸੀ, ਅਤੇ ਉਸ ਦਿਨ ਨੂੰ ਮੈਂ ਅੱਗੇ ਲੈ ਕੇ ਝੋਲੀ ਪਵਾ ਕੇ ਐਂ ਹੀ ਤੁਰਾਂਗੀ ਅਤੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਾਂਗੇ। ਆਪਣੀ ਕੋਈ ਨਾ ਬੰਦਾ ਧੀਰ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਮਹਾਂ ਵਾਹਿਗੁਰੂ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ
ਜੀਵਨ ਸਾਥੀ ਬੀਬੀ ਰਿੰਦਰਪਾਲ ਕੌਰ ਜੀ ਦੁਆਰਾ ਬੋਲੋ ਨਾ ਕਰਨਾ ਆਏ
ਅਣੀ ਵਿਹੂਣਾ ਪਾੜ ਪਟੰਬਰ ਭਾਹੀ ਸੇਤੀ ਜਲ ਧੂੜੀ ਵਿੱਚ ਲੋੜੰਦੜੀ ਸੁਹਾ ਨਾਨਕ ਤਸਰ ਨਾਲੇ ਗੁਰ ਕਾ ਸਬਦ ਜਮੂ ਇੱਕ ਤਾਂ ਲੱਖ ਸੌ ਜੇ ਤੇ ਪਿੰਨਣੇ ਲੱਖ ਤੜੇ ਬਾਹਮਣ ਬਿਰਥਾ ਗਏ ਉਹ ਜਨਮ ਜਿਨ ਕੀ ਸੋ ਸੋ ਵਿਸਰੇ ਸੋਰਨ ਸੋ ਰਸਤੀ ਜੀ ਹੈ ਕਬੂਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰੇ ਅੰਦਰ ਨਾ ਪਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਾਧਾਨੀ ਹਾਂ ਤਿਉ ਮੱਥੇ ਧਰਮ ਰਾਏ ਨਾਮ ਧਿਆ ਅਠੇ ਪੈਰ ਲਵਨ ਸੁਤਰੇ ਆ ਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾ ਗਨ ਜੀ ਰਸਨਾ ਨਾਮ ਉਚਾਰਨੇ ਮਿਰਗ ਤਿਸ਼ਨਾ ਭੇ ਭੁੱਲਣੇ ਨਾਨਕ ਹਰ ਬਿਸਰਾਈ ਪਾਉਂਦੇ ਨਰ ਕੇ ਅੰਧਿਆ ਤਨ ਤਨ ਜੇ ਤੋ ਕੋ ਨਾ ਤਨ ਤਨ
ਧਨ ਸੰਪੈ ਸੁਖ ਦਿਓ ਹਰ ਜੇ ਨੀਕੇ ਧਾਮ ਕੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਰਾਮ ਜਗਤ ਪਾਈਐ ਤੇ ਪਜ ਰੇ ਤੈ ਮੀਤ ਕੋ ਨਾਨਕ ਸੁਨ ਰੇ ਮਨਾ ਔਦ ਕਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੀ ਮਹਿਮਾਨ ਭਜ ਮਨਾ ਪੌਨ ਦੀ ਉਤਰੈ ਪਾਰ ਸੁਖ ਦੁਖ ਜੇ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਪਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਜੇ ਕੰਚ ਕੈ ਨਹੀਂ ਮੈਰੀ ਮੀਤ ਸਮਾਨ ਪਉ ਨਾਨਕ ਸੁਨ ਰੇ ਮਨਾ ਪਉ ਨਾਨਕ ਸੁਨ ਰੇ ਜਾਨੀ ਤਾਹੀ ਬਖਾਨ ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਤੈ ਭਾਗ ਗੁਰਬਾਣੀ ਦੇ ਸ਼ਬਦ ਕੀਰਤਨ ਅਤੇ ਕਥਾ ਸਰਵਣ ਕਰੋ ਮਹਾਨ ਗੁਰੂ ਘਰ ਦੇ ਮਹਾਨ ਕਥਾ ਵਾਚਕ ਜੋ ਕਿ ਪਹੁੰਚੇ ਹੋਏ ਹਨ ਜਿਨ੍ਹਾਂ ਨੇ ਗੁਰਬਾਣੀ ਦੇ ਕਥਾ ਦੇ ਨਾਲ ਵਿਚਾਰ ਦੇ ਨਾਲ ਸਾਰਿਆਂ ਨੂੰ ਜੋੜਨਾ ਹੈ ਸੋ ਇਸ ਕਰਕੇ ਸਾਰੇ ਹੁਮ ਆਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੋ ਗੁਰਬਾਣੀ ਹੋਏ ਪਾਠ ਕਥਾ ਕੀਰਤਨ ਸਰਵਣ ਕਰਕੇ ਉਸ ਵਿੱਚ ਚਾਹ
Yeah.
ਇਹੋ ਸੱਜਣ ਅਸੀਸਣੀਆਂ ਜਿਉਂ ਹੋਵੇ ਸਾਹਿਬ ਸੁਮੇਲ ਇਹਨਾਂ ਸ਼ਬਦਾਂ ਦੇ ਨਾਲ ਹੈਡਮਾਸਟਰ ਸਾਹਿਬ ਮਾਸਟਰ ਜਰਨੈਲ ਸਿੰਘ ਜੀ ਜੋ ਵਿਛੜ ਚੁੱਕੇ ਹਨ ਸਾਰੀਆਂ ਸੰਗਤਾਂ ਨੇ ਸ਼ਬਦ ਕੀਰਤਨ ਦੇ ਰਾਹੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਸੋ ਇਤਨਾ ਸਮਾਂ ਗੁਰਬਾਣੀ ਦਾ ਸ਼ਬਦ ਕੀਰਤਨ ਕਰਦਿਆਂ ਹੋਇਆਂ ਗੁਰਨਾਂ ਦੀ ਖਿਮਾ ਮੰਗਦੇ ਹਾਂ ਸਾਧ ਸੰਗਤਾਂ ਨੂੰ ਬੇਅੰਤ ਮਾਇਆ ਆਈ ਹੈ ਸਤਿਗੁਰੂ ਜੀ ਨਾਮ ਦੀਆਂ ਦਾਤਾਂ ਵਿਸ਼ਿਸ਼ ਕਰਨ ਚੜ੍ਹਦੀਆਂ ਕਲਾਂ ਵਿਸ਼ਿਸ਼ ਕਰਨ ਸੋ ਆਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਚਬਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਜਾਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਮਾਨਯੋਗ ਹੈਡਮਾਸਟਰ ਸਾਹਿਬ ਸਰਦਾਰ ਜਰਨੈਲ ਸਿੰਘ ਜੀ ਜੋ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੇ ਪਿਆਰ ਵਿੱਚ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਬਾਣੀ ਦਾ ਕੀਰਤਨ ਮਨਯੋਗ ਭੈਣ ਜੀ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਪਾਂ ਦੇਖਦੇ ਹਾਂ ਸਰਦੀ ਦੀ ਰੁੱਤ ਬਤੀਤ ਹੋਈ ਹੈ, ਸਰਦੀ ਦੀ ਰੁੱਤ ਵਿੱਚ ਬੜੀ ਕੜਵੀ ਠੰਡ ਪੈਂਦੀ ਹੈ, ਕੱਕਰ ਪੈਂਦਾ। ਇਸ ਕੱਕਰ ਦੇ ਨਾਲ ਦਰਖਤਾਂ ਦੇ ਪੱਤੇ ਜਿਹੜੇ ਨੇ ਉਹ ਇਸ ਤਰੀਕੇ ਦੇ ਹੋ ਜਾਂਦੇ, ਸਹਿਜੇ ਸਹਿਜੇ ਝੜਨੀਆਂ ਸ਼ੁਰੂ ਹੋ ਜਾਂਦੀ ਨੇ, ਹਵਾ ਵਗਦੀ ਹੈ, ਪੱਤੇ ਝੜ ਜਾਂਦੇ, ਦਰਖਤ ਖਾਲੀ ਹੋ ਜਾਂਦੇ ਨੇ। ਆਪਾਂ ਕਹਿੰਦੇ ਪੱਤ ਝੜਦੀ ਰੁੱਤ ਆ ਗਈ ਹੈ। ਇਸ ਬਦਲਦੀ ਹੋਈ ਰੁੱਤ ਨੂੰ ਦੇਖ ਕੇ ਬਾਬਾ ਫਰੀਦ ਸਾਹਿਬ ਜੀ ਨੇ ਇਸ ਸੰਸਾਰ ਦੀ ਗੱਲ ਕੀਤੀ ਹੈ। ਅੰਮ੍ਰਿਤ ਬਾਣੀ ਚ ਭਗਤ ਜੀ ਦਾ ਪਵਿੱਤਰ ਬਚਨ ਹੈ, ਫਰੀਦਾ ਰੁੱਤ ਫਰੀ ਵਣ ਕੰਬਿਆ ਪੱਤ ਝੜੇ ਝੜ ਪਾਇਆ। ਕਹਿਣਗੇ ਜਦੋਂ ਰੁੱਤ ਬਦਲੀ, ਦਰਖਤ ਕੰਮ ਉੱਠਿਆ, ਹਵਾ ਦੇ ਬੁੱਲੇ ਦੇ ਨਾਲ ਉਹਦੇ ਪੱਤੇ ਝੜ ਗਏ। ਕਹਿਣਗੇ ਕੇਵਲ ਪੱਤੇ ਹੀ ਨਹੀਂ, ਮੈਂ ਜਿੱਧਰ ਵੀ ਨਜ਼ਰ ਮਾਰਦਾ ਚਾਰੇ ਕੁੰਡਾਂ ਪਾਲੀਆਂ ਰਹਿਣ ਥੱਕੇ ਥਾਂ ਨਾ ਹੀ,
ਜਿੱਧਰ ਵੀ ਮੈਂ ਨਜ਼ਰ ਮਾਰਦਾ ਪੱਤਿਆਂ ਨੂੰ ਹਰ ਕੋਈ ਝੜਦਾ ਹੀ ਜਾ ਰਿਹਾ। ਕੋਈ ਇਸ ਜਗਤ ਵਿੱਚ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਕੋਈ ਚੀਜ਼ ਇਸ ਦੁਨੀਆਂ ਵਿੱਚ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਗੁਰੂ ਕੇ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਆਪ ਜੀ ਦੇ ਨਾਲ ਸਾਂਝੇ ਕਰ ਰਿਹਾ ਸਾਂ ਕਿ ਵਾਹਿਗੁਰੂ ਜੀ ਨੇ ਆਪ ਹੀ ਇਹ ਜਗਤ ਬਣਾਇਆ, ਆਪਣੀ ਤਾਕਤ ਸ਼ਕਤੀ ਇਹਦੇ ਵਿੱਚ ਟਿਕਾਈ ਹੋਈ ਹੈ, ਆਪ ਇਸ ਜਗਤ ਨੂੰ ਚਲਾ ਰਿਹਾ। ਪਰ ਇਸ ਜਗਤ ਵਿੱਚ ਇੱਕ ਨਿਯਮ ਬਣਾ ਦਿੱਤਾ ਕਿ ਜਿਹੜਾ ਇਸ ਦੁਨੀਆਂ 'ਚ ਆਏ ਉਹ ਜਾਣਾ ਪੈਣਾ, ਆਪੇ ਹੀ ਕਰਨਾ ਪੀਓ ਕੱਲ ਆਪੇ ਹੀ ਤੈਂ ਧਾਰੀ ਹੈ, ਦੇਖ ਹੈ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਵਾਰੀ। ਜਿਹੜਾ ਸਰੀਰ ਕਰਕੇ ਇਸ ਦੁਨੀਆਂ 'ਚ ਆਇਆ ਹੈ ਉਹਨੂੰ ਇਸ ਧਰਤੀ ਤੋਂ ਜਾਣਾ ਪੈਣਾ। ਇੱਕ ਖਿਆਲ ਪੈਦਾ ਹੁੰਦਾ ਕਿ ਜੇ ਆਏ ਚਲੇ ਗਏ ਕੀ ਆਪਾਂ ਕੇਵਲ ਜਾਣ ਲਈ ਆਏ ਹਾਂ ਕਿ ਜ਼ਿੰਦਗੀ ਦਾ ਕੋਈ ਮਕਸਦ ਵੀ ਹੈ। ਸਤਿਗੁਰੂ ਜੀ ਨੇ ਅਗਲੀਆਂ ਲਾਈਨਾਂ 'ਚ ਬਚਨ ਕਿਹਾ ਕਿ ਜਿਸ ਕੇ ਜੀ ਪ੍ਰਾਣ ਹੈ ਕੋਈ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਲ ਸਵਾਰੀ ਹੈ। ਅਸੀਂ ਇਸ ਧਰਤੀ 'ਤੇ ਆਏ ਹਾਂ ਬੈਠੇ 'ਤੇ ਕਿਸੇ ਨੇ ਨਹੀਂ ਰਹਿਣਾ, ਇਹ ਜਗਤ ਇੱਕ ਸਰਾਂ ਹੈ, ਮੁਸਾਫਰਖਾਨਾ ਹੈ। ਪਰ ਇਸ ਜਗਤ ਵਿੱਚ ਰਹਿੰਦੇ ਆਪਣੇ ਉਸ ਮਾਲਕ ਨੂੰ ਕਦੀ ਨਾ ਭੁਲਾਈ। ਵਾਹਿਗੁਰੂ ਜੀ ਨੇ ਕੁਝ ਕਰਨ ਲਈ ਸਾਨੂੰ ਭੇਜਿਆ, ਜ਼ਿੰਦਗੀ 'ਤੇ ਕੋਈ ਮਕਸਦ ਹੈ। ਇਸ ਧਰਤੀ ਦੇ ਉੱਪਰ ਸਭ ਤੋਂ ਮਹਾਨ ਉੱਤਮ ਜ਼ਿੰਦਗੀ ਹੈ ਮਨੁੱਖ ਦੀ। ਮਨੁੱਖ ਤੋਂ ਕੋਈ ਮਹਾਨ ਨਹੀਂ ਹੈ, ਕੋਈ ਦੇਵਤਾ ਮਨੁੱਖ ਤੋਂ ਮਹਾਨ ਨਹੀਂ ਹੈ, ਕੋਈ ਹੋਰ ਹਸਤੀ ਮਨੁੱਖ ਤੋਂ ਮਹਾਨ ਨਹੀਂ ਹੈ। ਪਰਮਾਤਮਾ ਤੋਂ ਬਾਅਦ ਅਗਰ ਕੋਈ ਮਹਾਨ ਹੈ ਤਾਂ ਕੇਵਲ ਮਨੁੱਖ ਹੈ। ਅਤੇ ਸਤਿਗੁਰੂ ਜੀ ਨੇ ਮਨੁੱਖ ਨੂੰ ਕੰਮ ਵੀ ਬੜਾ ਵੱਡਾ ਦਿੱਤਾ। ਇਹ ਧਰਤੀ ਦੀ ਜ਼ਿੰਮੇਵਾਰੀ ਮਨੁੱਖ ਦੀ ਹੈ, ਇਹ ਧਰਤੀ ਦੀ ਜ਼ਿੰਮੇਵਾਰੀ ਮਨੁੱਖ ਦੀ ਹੈ, ਧਰਤੀ ਦਾ ਰਾਜਾ ਹੈ ਮਨੁੱਖ। ਜਦ ਆਪਾਂ ਗੁਰੂ ਕੇ ਬਚਨ ਪੜ੍ਹਦੇ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋੜ ਤੇਰੀ ਪਰਿਹਾਰੀ, ਉਹ ਬੰਦਿਆ ਇਸ ਧਰਤੀ 'ਤੇ ਤੇਰੀ ਚੌਧਰ ਹੈ, ਤੇਰੀ ਸਰਦਾਰੀ ਹੈ, ਬਾਕੀ ਸਾਰੀਆਂ ਜੋਨਾਂ ਜਿੰਨੀਆਂ ਨੇ ਇਹ ਤੇਰੀਆਂ ਪਾਣੀ ਭਰਨਹਾਰ ਨੇ, ਤੇਰੀਆਂ ਸੇਵਾਦਾਰ ਨੇ। ਅਤੇ ਗੁਰਬਾਣੀ ਕਹਿੰਦੀ ਆਪਾਂ ਜਿਸ ਮਕਸਦ ਲਈ ਇਸ ਧਰਤੀ 'ਤੇ ਆਏ ਹਾਂ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ, ਅਸੀਂ ਉਹ ਕਾਰਜ ਆਪਣੇ ਹੱਥੀਂ ਕਰ ਜਾਈਏ। ਉਹ ਕਾਰਜ ਕੀ ਹੈ? ਰੋਜ਼ ਆਪਾਂ ਇੱਕ ਬਚਨ ਪੜ੍ਹਦੇ ਹਾਂ ਕਿ ਭਈ ਪ੍ਰਾਪਤ ਮਾਲੁਖ ਦੇਹੜੀ ਆ ਗੋਬਿੰਦ ਮਿਲ ਕੇ ਇਹ ਤੇਰੀ ਬਰੀ ਆ। ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ ਹੈ ਕਿ ਆਪਾਂ ਮਨੁੱਖ ਤੋਂ ਪਰਮਾਤਮਾ ਬਣ ਸਕੀਏ। ਪਰਮਾਤਮਾ ਨੇ ਮਨੁੱਖ ਨੂੰ ਧਰਤੀ ਦਾ ਮਾਲਕ ਬਣਾਇਆ, ਪਰਮਾਤਮਾ ਨੇ ਮਨੁੱਖ ਨੂੰ ਧਰਤੀ 'ਚ ਜ਼ਿੰਮੇਵਾਰੀ ਦਿੱਤੀ ਹੈ। ਇਵੇਂ ਕਹਿ ਲਓ ਕਿ ਜਿਵੇਂ ਪਰਮਾਤਮਾ ਨੇ ਸਾਨੂੰ ਆਪਣੇ ਨੁਮਾਇੰਦੇ ਬਣਾ ਕੇ ਧਰਤੀ 'ਤੇ ਭੇਜਿਆ, ਇਸ ਧਰਤੀ 'ਤੇ ਰਹਿੰਦੇ ਆਪਾਂ ਪਰਮਾਤਮਾ ਵਰਗੇ ਕੰਮ ਕਰੀਏ। ਪਰਮਾਤਮਾ ਨੇ ਧਰਤੀ ਸਾਜੀ ਹੈ, ਇਸ ਧਰਤੀ ਦੇ ਵਿੱਚ ਬਹਾਰ ਲਿਆਈਏ, ਧਰਤੀ 'ਤੇ ਰੌਣਕ ਲਿਆਈਏ, ਇਹ ਮਨੁੱਖ ਦੀ ਜ਼ਿੰਮੇਵਾਰੀ ਹੈ। ਜਦੋਂ ਕੋਈ ਸਾਡਾ ਸੱਜਣ ਸਨੇਹੀ ਜਾਂਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੜਾ ਦੁੱਖ ਹੁੰਦਾ, ਕਿਉਂਕਿ ਸਾਡਾ ਉਹਦੇ ਨਾਲ ਪਿਆਰ ਹੁੰਦਾ, ਸਾਡੀ ਉਹਦੇ ਨਾਲ ਸਾਂਝ ਹੁੰਦੀ ਹੈ। ਇਹ ਗੱਲ ਆਪਾਂ ਦੇਖਦੇ ਜਦੋਂ ਸਾਡਾ ਜਾਂਦਾ ਸਾਨੂੰ ਦੁੱਖ ਹੁੰਦਾ, ਹੋਰ ਕਿਸੇ ਦੇ ਜਾਏ ਫਿਰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਉਹ ਸਾਡਾ ਨਹੀਂ ਹੈ। ਕਿੰਨੀ ਦੁਨੀਆਂ ਹੋਰ ਤੁਰੀ ਜਾ ਰਹੀ ਹੈ, ਕਈਆਂ ਨੂੰ ਤਾਂ ਅਸੀਂ ਤੋਰਨ ਦੇ ਲਈ ਤਿਆਰ ਰਹਿੰਦੇ ਹਾਂ, ਉਦੋਂ ਸਾਨੂੰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਨਾਲ ਸਾਡਾ ਕੋਈ ਸੁਨੇਹ ਨਹੀਂ ਹੈ, ਉਹਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਸਾਡਾ ਕੋਈ ਸਵਾਰਥ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਰਾਮਕਲੀ ਰਾਗ ਵਿੱਚ, ਗੁਰੂ ਅਰਜਨ ਦੇਵ ਜੀ ਦਾ ਇੱਕ ਬੜਾ ਪਿਆਰਾ ਬਚਨ। ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਏ, ਗੁਰਮਤ ਦਾ ਲਫ਼ਜ਼ ਹੈ ਚਲਾਣਾ ਕਰ ਜਾਣਾ, ਆਮ ਲੋਕ ਕਹਿੰਦੇ ਕਿ ਮਰ ਗਿਆ, ਪਰ ਗੁਰਬਾਣੀ ਨੇ ਮਰ ਗਿਆ ਲਫ਼ਜ਼ ਨਹੀਂ ਵਰਤਿਆ। ਮਰ ਗਿਆ ਲਫ਼ਜ਼ ਆਪਾਂ ਆਮ ਵਰਤਦੇ ਹਾਂ, ਦਰਅਸਲ ਸਰੀਰ ਨੂੰ ਤਿਆਗਣਾ ਮੌਤ ਹੈ ਹੀ ਨਹੀਂ, ਅਸੀਂ ਸਰੀਰ ਨੂੰ ਤਿਆਗਣਾ ਮੌਤ ਗਿਣੇ ਹੈ, ਸਰੀਰ ਨੂੰ ਤਿਆਗਣਾ ਮੌਤ ਨਹੀਂ ਹੈ। ਰਾਮਕਲੀ ਰਾਗ ਵਿੱਚ ਸਤਿਗੁਰੂ ਜੀ ਦੇ ਬੜੇ ਪਿਆਰੇ ਬਚਨ ਨੇ
ਕਹਿਣ ਲੱਗੇ ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਦਾ ਲਜਾਇਆ, ਮਾਟੀ ਮਾਟੀ ਹੋਈ ਏਕ, ਰੋਮਣ ਹਾਰੇ ਕੀ ਕਵਨ ਠੇਕ, ਕਵਨ ਮੂਆ ਰੇ ਕਵਨ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਕਹਿਣ ਲੱਗੇ ਕਿ ਕੌਣ ਮਰਿਆ? ਰੱਬ ਦੇ ਪਿਆਰਿਆਂ ਨਾਲ ਜਾਂ ਜਿਨ੍ਹਾਂ ਨੂੰ ਬ੍ਰਹਮ ਦੀ ਸੋਝੀ ਹੋ ਗਈ ਉਹਨਾਂ ਕੋਲ ਬੈਠ ਕੇ ਤੁਸੀਂ ਗੱਲਬਾਤ ਕਰੋਗੇ, ਤੁਹਾਨੂੰ ਪਤਾ ਲੱਗੇਗਾ ਤੇ ਇੱਕ ਭਾਣਾ ਵਰਤਿਆ ਹੈ। ਇੱਥੇ ਇੱਕ ਪਰਮਾਤਮਾ ਨੇ ਖੇਡ ਖੇਡੀ ਹੈ ਜਗ ਦੀ, ਆਉਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਆਉਣ ਜਾਣ ਦੀ ਇੱਕ ਖੇਡ ਬਣਾਈ ਹੋਈ ਹੈ। ਤੇ ਸਤਿਗੁਰ ਸਾਹਿਬ ਜੀ ਕਹਿੰਦੇ ਨੇ ਕਿ ਨਹਿ ਕਿਸ ਜਨਮੇ ਨਹਿ ਕਿਸ ਮਰੈ, ਆਪਨ ਚਲਤ ਆਪ ਹੀ ਕਰੈ। ਕੋਈ ਜਨਮਦਾ ਨਹੀਂ ਹੈ, ਕੋਈ ਮਰਦਾ ਨਹੀਂ ਹੈ। ਸਤਿਗੁਰ ਜੀ ਕਹਿੰਦੇ ਕੌਣ ਮਰਿਆ? ਮਰਨ ਵਾਲੀ ਚੀਜ਼ ਤਾਂ ਕੋਈ ਹੈ ਨਹੀਂ ਮਨੁੱਖ ਦੇ ਵਿੱਚ। ਅਸੀਂ ਕਹਿੰਦੇ ਫਲਾਣਾ ਮਰ ਗਿਆ, ਮਰਨ ਵਾਲੀ ਚੀਜ਼ ਮਨੁੱਖ ਵਿੱਚ ਕੋਈ ਨਹੀਂ। ਦਰਅਸਲ ਸਰੀਰ ਤਿਆਗਣ ਨਾਲ ਬੰਦਾ ਨਹੀਂ ਮਰਦਾ, ਬੰਦਾ ਤੇ ਕਈ ਵਾਰੀ ਸਰੀਰ ਵਿੱਚ ਰਹਿੰਦੇ ਮਰ ਜਾਂਦਾ। ਆਖੋ ਸਤਨਾਮ ਸਿਵਾਏ, ਬੰਦਾ ਸਰੀਰ ਚ ਰਹਿੰਦਿਆਂ ਮਰ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਕਿ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਨਰੂ ਦਾ ਅਰਥ ਨਰ ਪੁਣਾ, ਜਿਹਨੂੰ ਆਪਾਂ ਕਹਿੰਦੇ ਹਾਂ ਮਨੁੱਖ ਪੁਣਾ, ਇਨਸਾਨੀਅਤ। ਮਨੁੱਖ ਦੇ ਅੰਦਰੋਂ ਇਨਸਾਨੀਅਤ ਮਰ ਜਾਏ ਤੇ ਮਨੁੱਖ ਕਿਸੇ ਕੰਮ ਦਾ ਨਹੀਂ ਰਹਿੰਦਾ। ਮਨੁੱਖ ਦੇ ਅੰਦਰੋਂ ਪਸ਼ੂ ਬਿਰਤੀ ਮਰ ਜਾਏ ਤੇ ਮਨੁੱਖ ਜਿਹੜਾ ਉਹ ਸਾਰੇ ਕਾਜ ਸਵਾਰ ਦਿੰਦਾ। ਤੇ ਗੁਰਬਾਣੀ ਕਹਿੰਦੀ ਦੇਖਣ ਨੂੰ ਆਪਾਂ ਮਨੁੱਖ ਹੈਗੇ ਹਾਂ ਪਰ ਸਾਰੇ ਮਨੁੱਖ ਨਹੀਂ। ਇਹ ਗੁਰੂ ਕੇ ਬਚਨ ਕੇ ਕਰਤੂਤ ਪਸ਼ੂ ਕੀ ਮਾਨਸ ਜਾਤ, ਦੇਖਣ ਨੂੰ ਆਪਾਂ ਮਨੁੱਖ ਹਾਂ ਪਰ ਸਾਰਿਆਂ ਦੇ ਅੰਦਰ ਮਨੁੱਖ ਜਿਉਂਦਾ ਨਹੀਂ ਹੈ। ਬਹੁਤੇ ਲੋਕਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਹਨਾਂ ਨੂੰ ਮਨੁੱਖਤਾ ਦਾ ਜ਼ਿੰਦਗੀ ਦਾ ਜੋ ਫਰਜ਼ ਹੈ ਉਹ ਫਰਜ਼ ਦਾ ਪਤਾ ਹੀ ਨਹੀਂ ਹੈ। ਬੜੀ ਇਮਾਨਦਾਰੀ ਨਾਲ ਆਪਾਂ ਦੇਖੀਏ ਬੰਦਗੀ ਵਾਲੇ, ਲੋਕਾਂ ਨੂੰ ਪਿਆਰ ਕਰਨ ਵਾਲੇ, ਬੜੇ ਮਿਹਨਤ ਬੋਲਣੇ, ਬੜੀ ਹਲੀਮੀ ਵਾਲੇ, ਬੜੇ ਤੀਰਤ ਵਾਲੇ, ਦੁਨੀਆਂ ਦੀ ਮੋਹ ਮਾਇਆ ਤੋਂ ਮਲੇ ਬਹਿਣ ਵਾਲੇ, ਇਹੋ ਜਿਹੀ ਆਤਮਾ ਦੇ ਪਿਆਰ 'ਚ ਆਪਾਂ ਜੁੜੇ ਹਾਂ। ਆਪਾਂ ਮਿਲ ਕੇ ਵਿਚਾਰ ਕਰੀਏ ਆਪਣੇ ਸਮਾਜ ਦੇ ਅੰਦਰ ਕਿ ਸਾਡੇ ਆਲੇ ਦੁਆਲੇ ਸਾਰੇ ਮਨੁੱਖ ਹੀ ਨੇ। ਜੇ ਮਨੁੱਖ ਨੇ ਤਾਂ ਲੜਾਈਆਂ ਕਿਉਂ? ਜੇ ਮਨੁੱਖ ਨੇ ਤਾਂ ਈਰਖਾ ਕਿਉਂ? ਜੇ ਮਨੁੱਖ ਨੇ ਤਾਂ ਝਗੜਾ ਕਿਉਂ? ਇਹ ਮਨੁੱਖ ਤੇ ਰੱਬ ਦੀ ਅੰਸ਼ ਹੈ। ਗੁਰਬਾਣੀ ਕਹਿੰਦੀ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਰੱਬ ਦੀ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੇ ਇਹ ਰੱਬ ਦੀ ਜੋਤ ਹੈ ਤੇ ਲੜਾਈਆਂ ਝਗੜੇ ਕਾਹਦੇ ਹਨ? ਲੜਾਈਆਂ ਝਗੜੇ ਉਦੋਂ ਖੜੇ ਹੁੰਦੇ ਨੇ ਜਦੋਂ ਸਾਡੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਆਪਾਂ ਕਹਿੰਦੇ ਇਹਦੇ ਅੰਦਰੋਂ ਇਨਸਾਨੀਅਤ ਖਤਮ ਹੋ ਗਈ ਹੈ। ਗੁਰਬਾਣੀ ਕਹਿੰਦੀ ਜਦੋਂ ਮਨੁੱਖ ਚੋਂ ਇਨਸਾਨੀਅਤ ਮਰ ਜਾਏ ਉਦੋਂ ਮਨੁੱਖ ਕਿਸੇ ਕੰਮ ਦਾ ਵੀ ਨਹੀਂ ਜਾਏ, ਮਨੁੱਖ ਜ਼ਿੰਦਗੀ ਦੇ ਸਾਰੇ ਕਾਰਨ ਸਵਾਰਤ ਹੈ। ਸਤਿਗੁਰੂ ਜੀ ਕਹਿੰਦੇ ਤੁਸੀਂ ਕਹਿੰਦੇ ਸਰੀਰ ਤਿਆਗਣ ਨੂੰ ਮਰ ਗਿਆ, ਕੌਣ ਮਰਿਆ? ਦੇਖੋ ਪੰਜਾਂ ਤੱਤਾਂ ਦਾ ਸਰੀਰ ਬਣਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਬਚਨ ਹੈ ਹੋਰ ਧਰਮ ਗ੍ਰੰਥਾਂ ਵਿੱਚ ਕਿ ਪੰਜ ਤੱਤ ਕੋ ਤਨ ਰਜਿਓ ਜਨਮ ਚੰਦਰ ਸੁਜਾਨ, ਇਹ ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਮਿੱਟੀ ਤੋਂ ਬਣਿਆ, ਹਵਾ ਤੋਂ ਬਣਿਆ, ਅੱਗ ਤੋਂ ਬਣਿਆ, ਇਹ ਪੰਜਾਂ ਤੱਤਾਂ ਤੋਂ ਸਰੀਰ ਬਣਿਆ। ਤੇ ਗੁਰਬਾਣੀ ਕਹਿੰਦੀ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਾ ਲਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਹਵਾ ਹਵਾ ਚ ਮਿਲ ਗਈ, ਮਿੱਟੀ ਮਿੱਟੀ ਵਿੱਚ ਮਿਲ ਗਈ, ਪੌਣ ਪੌਣ ਵਿੱਚ ਮਿਲ ਗਈ, ਆਪਾਂ ਕਿਹਨੂੰ ਰੁੜ ਗਏ, ਕਿਹੜੀ ਬਣ ਗਈ ਹੈ? ਗੁਰਬਾਣੀ ਇਹ ਗੱਲ ਕਹਿੰਦੀ ਕਿ ਕੋਈ ਚੀਜ਼ ਮਰਨ ਵਾਲੀ ਹੈ ਹੀ ਨਹੀਂ, ਮਰਨ ਹਾਰ ਇਹ ਜੀਅਲਾ ਨਹੀਂ। ਨਾ ਕੋਈ ਡਰਾਉਣੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਮੌਤ ਦੇ ਨਾਂ ਦੀਆਂ, ਔਰ ਬੜੀਆਂ ਡਰਾਉਣੀਆਂ ਤਸਵੀਰਾਂ ਲਾਈਆਂ ਜਾਂਦੀਆਂ, ਕਿਸੇ ਦੇ ਮੂੰਹ ਚੋਂ ਅੱਗ ਨਿਕਲੀ ਹੈ, ਕਿਸੇ ਦੇ ਗਲ 'ਚ ਸਿਰਾਂ ਦੀ ਮਾਲਾ ਪਾਈ, ਇਹ ਡਰਾਉਣੀਆਂ ਮਨੁੱਖ ਨੂੰ ਰਾੜ ਰਾੜ ਕੇ ਦਰਸਾਂ ਮੱਥੇ ਟਿਕਾਏ ਜਾਂਦੇ ਹਨ। ਗੁਰਬਾਣੀ ਕਹਿੰਦੀ ਹੈ ਇਹ ਸਰੀਰ ਤਿਆਗਣਾ ਕੋਈ ਡਰਾਉਣੀ ਚੀਜ਼ ਨਹੀਂ ਹੈ, ਸਿਰਫ ਸਾਨੂੰ ਇਸ ਚੀਜ਼ ਦਾ ਭਰਮ ਨਹੀਂ ਹੈ, ਸਾਨੂੰ ਪਤਾ ਨਹੀਂ, ਆਪਾਂ ਭਰਮ 'ਚ ਪਏ ਹੋਏ ਹਾਂ ਕਿ ਸਰੀਰ ਸਾਡਾ, ਇਹ ਦੁਨੀਆਂ ਸਾਡੀ ਹੈ, ਇਹ ਪਰਿਵਾਰ ਸਾਡਾ ਹੈ। ਲੇਕਿਨ ਗੁਰਬਾਣੀ ਇਹ ਗੱਲ ਕਹਿੰਦੀ ਹੈ
ਇੱਥੇ ਸਿਰਫ ਭਰਮ ਹੋ ਕੇ ਬੰਨਦੇ ਬੰਨ ਸੁਭਨ ਪਏ ਪਖਲਾਏ ਹਨ। ਇੱਥੇ ਸਿਰਫ ਆਪਾਂ ਭਰਮ ਹੋ ਦੇ ਬੰਧਨਾਂ 'ਚ ਪਏ ਹੋਏ ਹਾਂ। ਜਦੋਂ ਮੇਰਾ ਕੋਈ ਆਏ ਮੈਨੂੰ ਬੜਾ ਦੁੱਖ ਹੁੰਦਾ, ਕਿਸੇ ਹੋਰ ਦਾ ਚਲਿਆ ਜਾਂ ਮੈਂ ਉਹਨੂੰ ਮਾਰ ਦੇਣਾ, ਫਿਰ ਤੇ ਕੋਈ ਦੁੱਖ ਜਾਊਗਾ, ਕਿਉਂਕਿ ਉਹਦੇ ਨਾਲ ਸੰਬੰਧ ਕੋਈ ਨਹੀਂ। ਸਾਡਾ ਦੁੱਖ ਉੱਥੇ ਹੈ ਜਿੱਥੇ ਸਾਡਾ ਸੰਬੰਧ ਹੁੰਦਾ ਹੈ। ਅਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਰੀਰ ਵਿੱਚ ਰਹਿੰਦੇ ਆ ਨਹੀਂ, ਸੰਸਾਰ 'ਚ ਰਹਿੰਦੇ ਆ ਨਹੀਂ, ਪਰਿਵਾਰ 'ਚ ਰਹਿੰਦੇ ਆ ਨਹੀਂ, ਏਦਾਂ ਸਮਝ ਲੈਂਦੇ ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਸਭ ਕੁਝ ਰੱਬ ਦਾ ਦਿੱਤਾ ਹੋਇਆ। ਉਹਦੇ ਹੁਕਮ ਅੰਦਰ ਆਪਾਂ ਆਉਂਦੇ ਹਾਂ, ਉਹਦੇ ਹੁਕਮ ਅੰਦਰ ਆਪਾਂ ਜਾਂਦੇ ਹਾਂ। ਜਗ ਜਗ ਮੁਸਾਫਰ ਖਾਨਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਕਿ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸਹਿਣ ਪ੍ਰਭਾਤ, ਕਿਆ ਤੂੰ ਦਿੱਤਾ ਗ੍ਰਿਸਿਓ ਸਭ ਫੁੱਲਾਂ ਕੀ ਬਾਗਾ। ਜਿਵੇਂ ਪ੍ਰਾਹੁਣੇ ਆਉਂਦੇ ਨੇ ਰਾਤ ਠਹਿਰਦੇ ਨੇ ਚਲੇ ਜਾਂਦੇ ਨੇ, ਮੁਸਾਫਰ ਆਉਂਦੇ ਨੇ ਰਾਤ ਠਹਿਰਦੇ ਨੇ ਚਲੇ ਜਾਂਦੇ ਨੇ। ਪਰ ਆਪਾਂ ਮੁਸਾਫਰ ਤਾਂ ਹੈਗੇ ਹਾਂ, ਪਰ ਮੁਸਾਫਰਾਂ ਮੁਸਾਫਰਾਂ 'ਚ ਬੜਾ ਫਰਕ ਹੁੰਦਾ ਹੈ। ਤਰਕਾਲਾਂ ਦਾ ਵੇਲਾ, ਇੱਕ ਸਟੇਸ਼ਨ 'ਤੇ ਇੱਕ ਟ੍ਰੇਨ ਆ ਕੇ ਰੁਕਦੀ ਹੈ, ਉਹਦੇ 'ਚ ਮੁਸਾਫਰ ਉਤਰਦੇ ਨੇ, ਜਿਨ੍ਹਾਂ ਦੇ ਘਰ ਨੇੜੇ ਉਹਦੇ ਘਰਾਂ ਨੂੰ ਚਲੇ ਗਏ, ਕੁਝ ਉਹ ਮੁਸਾਫਰ ਜਿਨ੍ਹਾਂ ਦੇ ਘਰ ਨੇੜੇ ਨਹੀਂ ਹੈ, ਸੋਚਦੇ ਕਿੱਧਰ ਜਾਈਏ। ਕੋਈ ਕਹਿੰਦੇ ਤਾਂ ਘਬਰਾਓ ਨਾ, ਆ ਨੇੜੇ ਸ਼ਰਾਬ ਬੜੀ ਪਿਆਰੀ ਬਣੀ ਹੈ, ਸ਼ਰਾਬ ਨੂੰ ਚਲੇ ਜਾਓ, ਰਾਤ ਰੱਖ ਕੇ ਘਰਾਂ ਨੂੰ ਚਲੇ ਜਾਣਾ। ਪੰਜ ਸੱਤ ਪਰਿਵਾਰ ਸ਼ਰਾਬ ਵੱਲ ਨੂੰ ਚਲੇ ਜਾਂਦੇ ਨੇ, ਜਾ ਕੇ ਮੁਸਾਫਰਖਾਨੇ ਦੇ ਇੰਚਾਰਜ ਨੂੰ ਮਿਲਦੇ ਨੇ, ਸੇਵਾਦਾਰ ਨੂੰ ਮਿਲਦੇ ਨੇ, ਸੇਵਾਦਾਰ ਸਾਰੇ ਨੂੰ ਕਮਰੇ ਅਲਾਟ ਕਰ ਦਿੰਦਾ। ਇੱਕ ਪਰਿਵਾਰ ਉੱਥੋਂ ਕਮਰੇ ਦੀ ਚਾਬੀ ਲੈਂਦਾ, ਆਪਣੇ ਕਮਰੇ 'ਚ ਜਾਂਦਾ, ਅਤੇ ਜਾਂਦੇ ਉਸ ਵਧੀਆ ਕਮਰੇ ਨੂੰ ਦੇਖ ਕੇ ਘਰ ਵਾਲਾ ਕਹਿੰਦਾ ਕਿ ਕਮਰੇ ਦੀ ਕੋਈ ਸਫਾਈ ਕਰਨੀ ਹੈ, ਰਾਤ ਇੱਥੇ ਰਹਿਣਾ। ਅਤੇ ਘਰ ਵਾਲੀ ਕਹਿੰਦੀ ਛੱਡੋ, ਕਿਹੜਾ ਆਪਣਾ ਘਰ ਹੈ, ਆਪਾਂ ਰਾਤ ਬਤੀਤ ਕਰਕੇ ਚਲੇ ਜਾਣਾ, ਆਪਾਂ ਕੀ ਲੈਣਾ ਸਫਾਈ 'ਚ, ਰਾਤ ਹੀ ਬਤੀਤ ਕਰਨੀ ਹੈ, ਸਿਰ ਕਿਹੜਾ ਸਾਡਾ ਘਰ ਹੈ। ਉਹ ਰਾਤ ਬਤੀਤ ਕਰਦੇ ਪਹਿਲਾਂ ਵੀ ਗੱਲ ਪਿਆ, ਹੋਰ ਗੱਲ ਪਾ ਕੇ ਉੱਥੋਂ ਚਲੇ ਜਾਂਦੇ ਨੇ। ਇੱਕ ਨਾਲ ਪਰਿਵਾਰ ਠਹਿਰੇ ਹੈ, ਉੱਥੇ ਵੀ ਇਹੀ ਘਟਨਾ ਵਾਪਰਦੀ ਹੈ। ਉਹ ਘਰ ਵਾਲਾ ਕਹਿੰਦਾ ਦੇਖੋ ਕਿੰਨੀ ਸੋਹਣੀ ਸਰਾਂ ਕਿਸੇ ਨੇ ਬਣਾਈ ਹੈ, ਕਿੰਨੇ ਸੁੱਖ ਨੇ ਘਰ ਵਾਲ ਦੀਆਂ ਸਹੂਲਤਾਂ, ਕਿੰਨੇ ਸੋਹਣੇ ਬਿਸਤਰੇ ਨੇ, ਕਿੰਨੀ ਸਾਫ਼ ਸਫਾਈ ਹੈ। ਅਤੇ ਕੋਲੋਂ ਬਦਲੀ ਕਹਿੰਦੀ ਚਲੋ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਸਮਰੱਥਾ ਦਿੱਤੀ ਉਹਨਾਂ ਨੇ ਸਰਾਂ ਬਣਾ ਲਈ। ਸਵੇਰੇ ਫਿਰ ਜਾ ਲੱਗਿਆ ਸਫਾਈ ਕਰਕੇ, ਕੋਲੋਂ ਕੁਝ ਕੈਲੰਡਰ ਵੀ ਦੁਆਰਾਂ 'ਤੇ ਲਗਾ ਜਾਂਦੇ ਨੇ, ਇਹ ਮੁਸਾਫਰ ਵੀ ਚਲੇ ਜਾਂਦੇ ਨੇ। ਦੋ ਮੁਸਾਫਰ ਆਏ, ਜਦੋਂ ਸੇਵਾਦਾਰ ਪਹਿਲੇ ਕਮਰੇ 'ਚ ਵੜਦਾ, ਪਹਿਲੇ ਕਮਰੇ 'ਚ ਵੜਦੇ ਕਹਿੰਦਾ ਕਿ ਰੱਬਾ ਕਿੱਦਾਂ ਦੇ ਲੋਕ ਹੁੰਦੇ ਜਿਨ੍ਹਾਂ ਦੇ ਸਰਾਂ ਨੂੰ ਵੀ ਗੰਦੀਆਂ ਕਰ ਦਿੰਦਾ, ਕਿੰਨਾ ਗੰਦ ਪਾਇਆ ਕਮਰੇ 'ਤੇ, ਇਹੋ ਜਿਹੇ ਲੋਕਾਂ ਦੀ ਲੋੜ ਨਹੀਂ, ਸ਼ੱਕੀ ਲੈਣ ਨਹੀਂ ਆਉਂਦੇ ਇੱਥੇ, ਗੰਦ ਪਾਉਣ ਲਈ ਆਉਂਦੇ ਨੇ। ਪਰ ਜਦੋਂ ਅਗਲੇ ਕਮਰੇ 'ਚ ਵੜਦਾ, ਕਮਰੇ ਦੀ ਸਫਾਈ ਦੇਖ ਕੇ ਜੇ ਮੂੰਹ ਤੋਂ ਨਿਕਲਦਾ ਪਰਮਾਤਮਾ, ਇਹੋ ਜਿਹੇ ਮੁਸਾਫਰ ਤੇ ਰੋਜ਼ ਹੋਣ ਜਿਨ੍ਹਾਂ ਨੇ ਸਰਾਂ ਨੂੰ ਵਧੀਆ ਬਣਾ ਦਿੱਤਾ। ਜਗ ਤਾਂ ਸਰਾਂ ਹੈ, ਅਸੀਂ ਮੁਸਾਫਰ ਹਾਂ, ਪਰ ਕੁਝ ਮੁਸਾਫਰ ਹੁੰਦੇ ਜਿਹੜੇ ਸਰਾਂ ਨੂੰ ਗੰਦੀਆਂ ਕਰ ਦਿੰਦੇ ਆ। ਅੱਜ ਸਮਾਜ 'ਚ ਗੰਦ ਕਿੰਨਾ ਲੋਕਾਂ ਨੇ ਪਾਇਆ, ਉਹ ਰੱਬ ਨੇ ਤਾਂ ਨਹੀਂ ਪਾਇਆ। ਸਮਾਜ ਵਿੱਚ ਗੰਦ ਪਾਉਣ ਵਾਲੇ ਵੀ ਕੁਝ ਮੁਸਾਫਰ ਨੇ, ਸਮਾਜ ਵਿੱਚ ਬੁਰਾਈਆਂ ਪੈਦਾ ਕਰਨੀਆਂ, ਲੜਾਈਆਂ ਪੈਦਾ ਕਰਨੀਆਂ, ਝਗੜੇ ਪੈਦਾ ਕਰਨੇ, ਧਰਤੀ ਦੇ ਉੱਪਰ ਆਪਾਂ ਦੇਖਦੇ ਵਾਇਰਸ ਪੈਦਾ ਕਰਨੀਆਂ। ਪਰਮਾਤਮਾ ਨੂੰ ਇਹੋ ਜਿਹੇ ਮੁਸਾਫਰਾਂ ਦੀ ਲੋੜ ਨਹੀਂ ਹੈ। ਪਰ ਕੁਝ ਉਹ ਮੁਸਾਫਰ ਹੁੰਦੇ ਨੇ ਜਿਵੇਂ ਆਪਾਂ ਮੰਨ ਲਓ ਹਰਿਮੰਦਰ ਸਾਹਿਬ ਜੀ ਦੇ ਪਿਆਰ ਨਾਲ ਜੁੜੇ, ਜਿਨ੍ਹਾਂ ਨੇ ਕਿਸੇ ਦੇ ਦਿਲ ਹੀ ਨਹੀਂ ਦਿਖਾਇਆ, ਜਿਨ੍ਹਾਂ ਨੇ ਜੇ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਹੈ ਤਾਂ ਚਾਹ ਦੇ ਨਾਲ ਪੜ੍ਹਾਇਆ, ਇਹ ਸਰਾਂ ਨੂੰ ਸੋਹਣੀਆਂ ਬਣਾਉਣਾ। ਆਪਾਂ ਉਹਨਾਂ ਦੇ ਪਿਆਰ ਜੁੜੇ ਗੱਲ ਚੇਤੇ ਰੱਖੀਏ, ਆਪਾਂ ਵੀ ਮੁਸਾਫਰ। ਇੱਕ ਸੱਜਣ ਚੱਲੇ ਕਿ ਚੱਲ ਕੇ ਰਿਹੜੇ ਵੀ ਫੁੱਲ ਜਾਏ, ਕੁਝ ਚਲੇ ਗਏ ਨੇ ਆਪਾਂ ਵੀ ਚਲੇ ਜਾਣਾ, ਪਰ ਇਹ ਗੱਲ ਚੇਤੇ ਰੱਖੀਏ ਆਪਾਂ ਇਹੋ ਜਿਹੇ ਮੁਸਾਫਰ ਬਣੀਏ ਕਿ ਜਾਣ ਤੋਂ ਬਾਅਦ ਦੁਨੀਆਂ ਚੇਤੇ ਕਰੇ ਕਿ ਇਸ ਮੁਸਾਫਰ ਨੇ ਧਰਤੀ ਨੂੰ ਬੜਾ ਸਵਾਦ ਦਿੱਤਾ, ਸਮਾਜ ਨੂੰ ਬੜਾ ਵਧੀਆ ਬਣਾ ਦਿੱਤਾ। ਅੱਜ ਸਮਾਜ ਵਿੱਚ ਧਨਵਾਨ ਬਹੁਤ ਨੇ, ਵਿਦਵਾਨ ਵੀ ਬਹੁਤ ਨੇ, ਡਾਕਟਰ ਵੀ ਬਹੁਤ ਨੇ, ਇੰਜੀਨੀਅਰ ਵੀ ਬਹੁਤ ਨੇ, ਸਾਇੰਸਦਾਨ ਵੀ ਬਹੁਤ ਨੇ। ਸੱਚ ਜਾਣਨਾ, ਅੱਜ ਸਮਾਜ ਦੇ ਵਿੱਚ ਇਨਸਾਨ ਬੜੇ ਘੱਟ ਨੇ, ਇਨਸਾਨਾਂ ਦੀ ਲੋੜ ਹੈ ਸਮਾਜ ਨੂੰ। ਉਹ ਇਨਸਾਨ ਜਿਹੜੇ ਇਸ ਸਰਾਂ ਨੂੰ ਵਧੀਆ ਬਣਾ ਸਕਣ, ਇਹ ਧਰਤੀ ਤੋਂ ਵਧੀਆ ਕੋਈ ਥਾਂ ਨਹੀਂ ਹੈ। ਇੱਕ ਬੜਾ ਵੱਡਾ ਭਰਮ ਸਾਡੇ ਮਨਾਂ 'ਚ ਪੈਦਾ ਕਰ ਦਿੱਤਾ ਗਿਆ
ਕਿ ਇਸ ਧਰਤੀ ਤੋਂ ਬਾਅਦ ਕੋਈ ਸਵਰਗ ਹੈ, ਉੱਥੇ ਬੜੇ ਸੁੱਖ ਨੇ, ਉੱਥੇ ਬੜੀਆਂ ਨਦੀਆਂ ਦਰਿਆ ਵਗਦੇ ਨੇ, ਉੱਥੇ ਖਾਣ ਪੀਣ ਦੀਆਂ ਮੌਜ ਮਿਲਦੇ ਨੇ। ਇਹੀ ਹੈ ਨਾ ਧਰਮ ਗ੍ਰੰਥਾਂ ਦੇ ਰਾਹੀਂ ਕੁਝ ਗੁਰੂਆਂ ਨੇ ਸਾਨੂੰ ਦੱਸਿਆ, ਪਰ ਗੁਰਬਾਣੀ ਕਹਿੰਦੀ ਇਸ ਧਰਤੀ ਤੋਂ ਵਧੀਆ ਕੋਈ ਥਾਂ ਨਹੀਂ ਹੈ। ਸਮੁੱਚੇ ਬ੍ਰਹਿਮੰਡ ਦੇ ਅੰਦਰ ਸਭ ਤੋਂ ਵਧੀਆ ਪਲੈਨਟ ਹੈ ਤੇ ਉਹ ਕੇਵਲ ਤਾਂ ਕੇਵਲ ਧਰਤੀ ਹੈ। ਜੇ ਮੇਰੇ ਤੇ ਯਕੀਨ ਨਹੀਂ ਹੈ, ਬਾਬਾ ਨਾਨਕ ਜੀ ਦੇ ਬਚਨ ਤੁਸੀਂ ਰੋਜ਼ ਪੜ੍ਹਦੇ, ਪਿਆਰ ਨਾਲ ਚੇਤੇ ਕਰੋ, ਰਾਤੀ ਰੁੱਤੀ ਛਿੱਟੀ ਮਾਰ ਪੌਣ ਪਾਣੀ ਅਗਨੀ ਪਾਤਾ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮਸਾਲ ਦਾ ਅਰਥ ਹੈ ਕਿ ਪਵਿੱਤਰ ਥਾਂ, ਧਰਮ ਦੀ ਥਾਂ। ਸਾਡੇ ਨਗਰ ਵਿੱਚ ਸਭ ਤੋਂ ਵਧੀਆ ਥਾਂ ਹੁੰਦੀ ਹੈ ਧਰਮਸਾਲ। ਅਸੀਂ ਘਰੋਂ ਤੁਰਦੇ ਹਾਂ, ਗੁਰਦੁਆਰੇ ਆ ਕੇ ਬੈਠ ਜਾਂਦੇ, ਕਿੰਨੀ ਸਫਾਈ ਹੈ, ਕਿੰਨਾ ਮਨ ਨੂੰ ਆਨੰਦ ਮਿਲਦਾ, ਕਿੰਨਾ ਸਕੂਨ ਮਿਲਦਾ। ਘਰ 'ਚ ਕੋਈ ਲੜਾਈ ਝਗੜਾ ਹੋਵੇ, ਕੋਈ ਪਰੇਸ਼ਾਨੀ ਹੋਵੇ, ਕਿ ਆਪਾਂ ਗੁਰਦੁਆਰੇ ਆ ਕੇ ਕੁਝ ਰੱਖਣ ਮਿਲ ਕੇ ਬੈਠਦੇ, ਮਨ ਨੂੰ ਕੋਈ ਸੁੱਖ ਮਿਲਦਾ। ਗੁਰਬਾਣੀ ਕਹਿੰਦੀ ਹੈ ਧਰਤੀ ਧਰਮਸਾਲ ਹੈ, ਸਮੁੱਚੀ ਧਰਤੀ ਧਰਮਸਾਲ ਹੈ। ਬਾਬਾ ਫਤਿਹ ਸਾਹਿਬ ਜੀ ਕਹਿੰਦੇ ਫਰੀਦਾ ਘੂਮ ਰੰਗਾਵਣੀ, ਇਹ ਧਰਤੀ ਬੜੀ ਸੁਹਾਵਣੀ ਹੈ, ਬੜੀ ਹਰੀ ਭਰੀ ਹੈ। ਇਸ ਧਰਤੀ ਨੂੰ ਹਰੀ ਨਾ ਕਿ ਧਰਤੀ ਨੇ ਭੇਜਿਆ ਸੀ। ਤੁਸੀਂ ਕੋਈ ਨੁਮਾਇੰਦਾ ਆਪਣੇ ਪਿੰਡ ਵੱਲੋਂ ਭੇਜ ਦਿਓ, ਕਿਸੇ ਕੋਲ ਮੀਟ ਹੁੰਦੀ ਹੈ, ਕਾਨਫਰੰਸ ਹੁੰਦੀ ਹੈ, ਕਿ ਉਹ ਨੁਮਾਇੰਦਾ ਜੇ ਤੁਹਾਡੇ ਪਿੰਡ ਦੀ ਗੱਲ ਨੂੰ ਚੰਗੇ ਤਰੀਕੇ ਨਾਲ ਰੱਖੇ ਤੇ ਤੁਸੀਂ ਕਹਿੰਦੇ ਪਿੰਡ ਦਾ ਸਿਰ ਚੱਕਰ ਦਿੱਤਾ ਵੀ ਇਸ ਸਾਡੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਉੱਥੇ ਗੱਲਬਾਤ ਕੀਤੀ ਹੈ। ਪਰ ਜੇ ਉਹ ਗੱਲ ਵਧੀਆ ਨਾ ਰੱਖੇ ਤੇ ਆਪਾਂ ਕਹਿੰਦੇ ਤੇ ਪਿੰਡ ਦਾ ਸਿਰ ਦਾ ਵਿਸ਼ੇ ਹੀ ਨਹੀਂ ਕਰਾਇਆ, ਇਹਨੇ ਤਾਂ ਕਿਹਾ ਹੀ ਕੁਝ, ਉੱਥੇ ਕੀਤਾ ਹੀ ਕੁਝ ਨਹੀਂ, ਸਗੋਂ ਜੋ ਬੋਲਿਆ ਉਹ ਕੰਮਦਾ ਹੀ ਨਹੀਂ। ਅਸੀਂ ਨੁਮਾਇੰਦੇ ਹਾਂ ਧਰਤੀ ਦੇ, ਤੇ ਜੇ ਪਰਮਾਤਮਾ ਨੇ ਧਰਤੀ ਬਣਾਈ ਹੈ, ਇਹਦੀ ਜ਼ਿੰਮੇਵਾਰੀ ਮਨੁੱਖ ਨੂੰ ਦਿੱਤੀ ਹੈ, ਤੈਨੂੰ ਵਧੀਆ ਕਿਹਨੂੰ ਬਣਾਉਣਾ, ਮਨੁੱਖ ਨੇ ਬਣਾਉਣਾ, ਇਹਨੂੰ ਸਾਫ਼ ਸੁਥਰੇ ਕੇ ਰੱਖਣਾ ਮਨੁੱਖ ਨੇ ਰੱਖਣੇ, ਉੱਪਰੋਂ ਕਰਮ ਆਤ ਨਹੀਂ ਹੋਣੀ, ਉਹ ਕਰਮ ਆਤ ਮਨੁੱਖ ਨੇ ਕਰਨੀ ਹੈ। ਅਸੀਂ ਜਦੋਂ ਮਿਲਦੇ ਨਾ ਆਪਸ ਵਿੱਚ, ਗੁਰੂ ਕਾ ਇੱਕ ਬਚਨ ਬੋਲਦੇ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦਾ ਅਰਥ ਪਤਾ ਕੀ ਹੈ? ਅਸੀਂ ਵਾਹਿਗੁਰੂ ਜੀ ਖਾਲਸਾ ਦਾ, ਜਿਹੜਾ ਪਿਓਰ ਬੰਦਾ ਹੈ, ਜਿਹੜਾ ਅੰਦਰੋਂ ਪਿਓਰ ਹੋ ਗਿਆ, ਜਿਹੜਾ ਵਹਿਮ ਭਰਮ ਪਖਾਨ ਤੋਂ ਮੁਕਤ ਹੋ ਗਿਆ, ਦੁਆਸ ਤੋਂ ਮੁਕਤ ਹੋ ਗਿਆ, ਉਹ ਖਾਲਸਾ। ਕੋਈ ਮੇਰੇ ਕੋਲ ਕੱਪੜੇ ਪਾਉਣ ਨਾਲ ਖਾਲਸਾ ਨਹੀਂ ਬਣ ਜਾਂਦਾ, ਜਿਹੜਾ ਅੰਦਰੋਂ ਪਿਓਰ ਹੋ ਗਿਆ, ਪਰਮਾਤਮਾ ਦੇ ਪਿਆਰ ਗੁਰ ਕੇ ਉਹ ਵਾਹਿਗੁਰੂ ਦਾ ਬਣ ਗਿਆ, ਉਹ ਸਭ ਕੁਝ ਵਾਹਿਗੁਰੂ ਦਾ ਸਮਝਦਾ ਕਿ ਮੇਰੇ ਕੋਲ ਜੋ ਕੁਝ ਹੈ ਪਰਮਾਤਮਾ ਦਾ। ਤੇ ਜਿਹੜਾ ਵਾਹਿਗੁਰੂ ਜੀ ਦਾ ਖਾਲਸਾ ਹੈ, ਉਹ ਇਸ ਧਰਤੀ ਤੇ ਵਾਹਿਗੁਰੂ ਜੀ ਦੀ ਫਤਿਹ ਵੀ ਜਿਉਂਦਾ ਹੈ। ਵਾਹਿਗੁਰੂ ਜੀ ਦੀ ਫਤਿਹ ਕੀ ਹੈ? ਵਾਹਿਗੁਰੂ ਜੀ ਦੀ ਫਤਿਹ ਇਸ ਵਿੱਚ ਕਿ ਧਰਤੀ ਹਰੀ ਭਰੀ ਰਹੇ। ਵਾਹਿਗੁਰੂ ਜੀ ਦੀ ਧਰਤੀ ਫਤਿਹ ਇਸ ਵਿੱਚ ਕਿ ਜੀ ਦੀ ਫਤਿਹ ਇਸ ਵਿੱਚ ਹੈ ਕਿ ਧਰਤੀ ਤੇ ਕੋਈ ਕਿਸੇ ਦਾ ਦਿਲ ਨਾ ਦੁਖਾਏ। ਇਹ ਸਾਰੇ ਜਦੋਂ ਜੀਵ ਜੰਤ ਵਾਹਿਗੁਰੂ ਜੀ ਦੇ ਬੱਚੇ ਨੇ, ਰੋਜ਼ ਆਪਾਂ ਪੜ੍ਹਦੇ ਹਾਂ, ਤੂੰ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਰ ਕਰੇਰੇ। ਜੇ ਆਪਾਂ ਸਾਰੇ ਇੱਕ ਪਿਤਾ ਇੱਕ ਸਕੇ ਹੰਬਾਰਕ ਹਾਂ, ਇਹਦਾ ਮਤਲਬ ਕਿ ਵਾਹਿਗੁਰੂ ਜੀ ਦੇ ਬੱਚੇ ਜਿਹੜੇ ਸੁਖੀ ਵਸਣ, ਇਹੀ ਵਾਹਿਗੁਰੂ ਜੀ ਦੀ ਫਤਿਹ ਹੈ ਨਾ। ਹਰ ਮਾਂ ਬਾਪ ਚਾਹੁੰਦਾ ਕਿ ਉਹਦੇ ਬੱਚੇ ਸੁਖੀ ਵਸਣ, ਪਰਮਾਤਮਾ ਚਾਹੁੰਦਾ ਕਿ ਧਰਤੀ ਤੇ ਰਹਿਣ ਵਾਲਾ ਹਰ ਪ੍ਰਾਣੀ ਸੁਖੀ ਵਸੇ, ਹਰ ਪ੍ਰਾਣੀ ਜਿਹੜਾ ਹੈ ਉਹ ਵਧੀਆ ਜੀਵਨ ਬਸਣ ਕਰੇ। ਤੇ ਇਸ ਧਰਤੀ ਤੇ ਇਹ ਸੁਖੀ ਵਾਤਾਵਰਨ ਬਣਾਉਣਾ ਇਹ ਮਨੁੱਖ ਦੀ ਜ਼ਿੰਮੇਵਾਰੀ ਸੀ, ਪਰ ਮਨੁੱਖ ਨੇ ਸੋਚਿਆ ਕਿ ਮੱਲਾਂ ਮਾਰਨੀਆਂ ਮੇਰੀ ਜ਼ਿੰਮੇਵਾਰੀ ਹੈ। ਮਨੁੱਖ ਦਾ ਇੱਕ ਆਪਾਂ ਸੁਭਾਅ ਦੇਖਦੇ ਹਾਂ, ਪਹਿਲਾਂ ਉਹ ਸੋਚਦਾ ਕਿ ਦੁਨੀਆਂ ਦੇ ਧਨ ਦੌਲਤ ਇਕੱਠੇ ਕਰ ਲਓ, ਇਹਦੇ ਨਾਲ ਹੀ ਮੈਨੂੰ ਰਾਜਗੱਦੀ ਮਿਲਣੀ, ਇਹਦੇ ਨਾਲ ਹੀ ਮੈਨੂੰ ਸੁੱਖ ਮਿਲਣਾ। ਹਾਲਾਂਕਿ ਦੁਨੀਆਂ ਦੀ ਧਨ ਦੌਲਤ ਅੱਜ ਤੱਕ ਨਾ ਕੋਈ ਲੈ ਗਿਆ ਤੇ ਨਾ ਕਿਸੇ ਨੂੰ ਨਾਲ ਲੈ ਜਾਣੀ ਹੈ। ਇਸ ਤੋਂ ਬਾਅਦ ਮਨੁੱਖ ਪਤਾ ਕੀ ਸੋਚਦਾ? ਧਨ ਦੌਲਤ ਬਹੁਤ ਹੈ, ਚਲੋ ਕੁਝ ਪੈਸੇ ਦੇ ਕੇ ਪਾਠ ਕਰਾ ਲਓ, ਅੱਗੇ ਸਵਰਗ ਮਿਲ ਜਾਏਗਾ, ਉੱਥੇ ਵੀ ਆਪਾਂ ਰਾਜ ਹੀ ਮਾਣਾਂਗੇ, ਕੁਝ ਨਹੀਂ ਸੁੱਖ ਮਿਲਦਾ ਹੈ। ਪਰ ਗੁਰਬਾਣੀ ਅੱਗੇ ਗੱਲ ਕਹਿੰਦੀ ਹੈ ਕਿ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਅੱਗੇ ਕੋਈ ਜਾਤ ਦਾ, ਧਨ ਦਾ, ਰੁਤਬੇ ਦਾ ਜੋਰ ਨਹੀਂ ਚੱਲਣਾ, ਉੱਥੇ ਤਾਂ ਨਵੇਂ ਲੋਕਾਂ ਨਾਲ ਵਾਹ ਪੈਣਾ। ਅੱਗੇ ਕਰਨੀ ਕੀਰਤ ਵਾਚੀ ਬੈਲੇਖਾ ਕਰ ਸਮਝਾਇਆ, ਅੱਗੇ ਤੇ ਕਰਨੀ ਦੀ ਵਿਚਾਰ ਹੋਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਜ਼ਿੰਦਗੀ ਜਿਹੜੀ ਹੈ, ਇਹ ਸਾਨੂੰ ਮਿਲੀ ਸੀ ਪਰਮਾਤਮਾ ਚ ਨਿਵਲੀਨ ਹੋਣ ਦੀ।
ਪਰਮਾਤਮਾ 'ਚ ਲੀਨ ਹੋਣ ਦਾ ਸਭ ਤੋਂ ਵਧੀਆ ਤਰੀਕਾ ਜਾਂ ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਉਹ ਇਹ ਨਹੀਂ ਕਿ ਘਰ ਬਾਰ ਛੱਡ ਦਿਓ ਜਾਂ ਤੁਸੀਂ ਬੈਠ ਕੇ ਮਾਲਾ ਲੈ ਕੇ ਬੈਠ ਜਾਓ। ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁੜਾਈ ਹੈ। ਇਸਰਾਨ ਨੂੰ ਸੋਹਣਿਆ ਬਣਾਈਏ, ਵਾਤਾਵਰਨ ਨੂੰ ਸੋਹਣਿਆ ਬਣਾਈਏ। ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ ਬੜੀ ਦੁਰਲੱਭ ਹੈ। ਜਦੋਂ ਆਪਾਂ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ, ਕਬੀਰ ਮਾਨਸ ਜਨਮ ਦੁਰਲੱਭ ਹੈ ਹੋਤ ਨ ਬਾਰੰਬਾਰ। ਦੁਰਲੱਭ ਦਾ ਅਰਥ ਹੁੰਦਾ ਕਿ ਜਿਹੜੀ ਚੀਜ਼ ਕਿਸੇ ਵੀ ਕੀਮਤ 'ਤੇ ਨਾ ਮਿਲੇ। ਤੁਸੀਂ ਸਾਰੀ ਦੁਨੀਆ ਦਾ ਧਨ ਇਕੱਠਾ ਕਰ ਲਓ, ਤੁਸੀਂ ਜ਼ਿੰਦਗੀ ਮੁੱਲ ਨਹੀਂ ਲੈ ਸਕਦੇ, ਤੁਸੀਂ ਸਵਾਸ ਮੁੱਲ ਨਹੀਂ ਲੈ ਸਕਦੇ। ਇਹ ਰੱਬ ਨੇ ਜਿੰਨੇ ਦਿੱਤੇ ਓਨੇ ਰਹਿਣੇ, ਕੋਈ ਵਧਾ ਨਹੀਂ ਸਕਦਾ, ਕੋਈ ਇਹਨਾਂ ਨੂੰ ਘਟਾ ਨਹੀਂ ਸਕਦਾ। ਜੇ ਜ਼ਿੰਦਗੀ ਦੁਰਲੱਭ ਹੈ ਤੇ ਇਹ ਜ਼ਿੰਦਗੀ ਮਿਲੀ ਹੈ ਸਾਨੂੰ ਆਨੰਦ ਮਾਣਨ ਦੇ ਲਈ, ਸੁੱਖ ਮਾਣਨ ਦੇ ਲਈ। ਇਹ ਬੜਾ ਵੱਡਾ ਭਰਮ ਹੈ ਕਿਸੇ ਦਾ ਇਸ ਜ਼ਿੰਦਗੀ ਤੋਂ ਬਾਅਦ ਮੁਕਤੀ ਮਿਲ ਜਾਏ। ਇਹ ਗੱਲ ਚੇਤੇ ਰੱਖਣਾ, ਜਿਹਨੂੰ ਇਸ ਜ਼ਿੰਦਗੀ 'ਚ ਮੁਕਤੀ ਨਹੀਂ ਮਿਲੀ, ਉਹ ਮਰਨ ਤੋਂ ਬਾਅਦ ਕਦੀ ਮੁਕਤ ਹੋ ਹੀ ਨਹੀਂ ਸਕਦਾ। ਇਸ ਜ਼ਿੰਦਗੀ ਤੋਂ ਬਾਅਦ ਕੀ ਹੈ ਇਸ ਦਾ ਕੋਈ ਨਹੀਂ ਜਾਣ ਸਕਿਆ। ਕਥਾ ਕਹਾਣੀ ਪਤਾ ਜੀਵ ਕਿੱਥੇ ਚਲਿਆ ਜਾਂਦਾ, ਕਿਸੇ ਨੂੰ ਕੁਝ ਨਹੀਂ ਪਤਾ ਆਉਣ ਵਾਲੀ ਦੁਨੀਆ ਦਾ। ਇਸ ਜ਼ਿੰਦਗੀ ਨੂੰ ਵਧੀਆ ਬਣਾਉਣ ਦਾ ਢੰਗ ਤਰੀਕਾ ਇਹ ਹੈ ਕਿ ਜੇ ਵਾਹਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਆਪਾਂ ਗੁਰੂ ਦੀ ਰੋਸ਼ਨੀ ਅੰਦਰ, ਗੁਰਬਾਣੀ ਦੀ ਰੋਸ਼ਨੀ ਦੇ ਅੰਦਰ, ਲੇਕਿਨ ਕੋਈ ਲਾਹੇਵੰਦਾ ਕਰਮ ਕਰਨਾ। ਦੋਵੇਂ ਕਹਿੰਦੇ ਨੇ ਉਹ ਧਨ ਲੈ ਕੇ ਜਾਂਦੇ ਨੇ, ਪਰਦੇਸ ਚਲੇ ਜਾਂਦੇ ਨੇ, ਤੇ ਜਾ ਕੇ ਇੱਕ ਬੰਦਾ ਜਿਹੜਾ ਉਹ ਬੜੇ ਸੁਚੱਜ ਆਪਣੇ ਦੂਤਾਂ ਨੂੰ ਭੇਜ ਦਿੰਦਾ। ਜਿਸ ਵੇਲੇ ਪਹਿਲੇ ਮਨੁੱਖ ਕੋਲ ਜਾਂਦਾ, ਉਹਨੂੰ ਜੇ ਚਾਹ ਹੀ ਛੱਡ ਦਿੰਦਾ ਕਿ ਮੈਂ ਤਾਂ ਤੁਹਾਨੂੰ ਯਾਦ ਹੀ ਕਰ ਰਿਹਾ ਸੀ। ਰੱਬ ਦੇ ਪਿਆਰਿਆਂ ਨੂੰ ਜਦੋਂ ਸੱਦਾ ਹੁੰਦਾ ਹੈ ਨਾ, ਉਹਨਾਂ ਨੂੰ ਚਾਹ ਹੀ ਛੱਡ ਦਿੰਦਾ ਕਿ ਰੱਬ ਨੇ ਬੁਲਾਇਆ, ਬੜੀ ਚੰਗੀ ਗੱਲ ਹੈ, ਉਹਦੇ ਭੇਜੇ ਹੋਏ ਆਏ ਆ, ਉਹਦੇ ਹੁਕਮ ਦੇ ਵਿੱਚ ਜਾਣਾ ਹੀ ਪਏਗਾ। ਜਿਸ ਕੀ ਵਸਤ ਸੋਈ ਲੈ ਜਾਏਗਾ, ਉਸ ਕਿਸੇ ਜੋ ਕੀਤੇ ਉਹਨੂੰ ਚਾਹ ਚੜ ਗਿਆ ਤੇ ਜੋ ਕੁਝ ਉਹਨਾਂ ਕੀਤਾ, ਜੋ ਕੁਝ ਉਹਨੇ ਧਨ ਦੌਲਤ ਕਮਾਇਆ ਜਾਂ ਜੋ ਕਿਸ ਤਰੀਕੇ ਨਾਲ ਜ਼ਿੰਦਗੀ ਬਤੀਤ ਕੀਤੀ, ਉਹਨੂੰ ਦੇਖ ਕੇ ਉਹਨੂੰ ਇੱਕ ਸੋਹਣੀ ਪਾਲਕੀ 'ਤੇ ਬਿਠਾ ਕੇ ਬੜੇ ਮਾਣ ਸਤਿਕਾਰ ਦੇ ਨਾਲ ਲੈ ਕੇ ਤੁਰ ਪੈਂਦੇ ਨੇ। ਪਰ ਜਦੋਂ ਦੂਜੇ ਕੋਲ ਜਾਂਦੇ ਨੇ, ਉਹਨੇ ਤੇ ਉਹ ਸਾਰੀ ਪੂੰਜੀ ਖਰਾਬ ਕਰ ਦਿੱਤੀ ਹੈ, ਉਹ ਲੁਕ ਜਾਂਦਾ ਤੇ ਉਹਨੂੰ ਲੁਕੇ ਹੋਏ ਨੂੰ ਲੱਭ ਲੈਂਦੇ ਨੇ, ਸੰਗਲਾਂ 'ਚ ਬੰਨ੍ਹ ਕੇ ਮਾਰਦਿਆਂ ਕੁੱਟਦਿਆਂ ਲੈ ਕੇ ਤੁਰ ਪੈਂਦੇ ਨੇ। ਦੋਵੇਂ ਮਾਲਕ ਕੋਲ ਪਹੁੰਚਦੇ, ਇੱਕ ਨੂੰ ਕੈਦ ਕੋਲ ਨਹੀਂ ਸੁੱਟ ਦਿੱਤਾ ਜਾਂਦਾ, ਇੱਕ ਨੂੰ ਮਾਲਕ ਬੁਲਾ ਕੇ ਹੋਰ ਉੱਚਾ ਰੁਤਬਾ ਦੇ ਦਿੰਦਾ ਕਿ ਤੇਰੇ ਅੱਗੇ ਵਫ਼ਾਦਾਰਾਂ ਦੀ ਸਾਨੂੰ ਲੋੜ ਹੈ। ਰੱਬ ਨੇ ਜ਼ਿੰਦਗੀ ਦਿੱਤੀ ਹੈ, ਰੱਬ ਨੇ ਪਰਿਵਾਰ ਦਿੱਤਾ, ਰੱਬ ਨੇ ਅਨੇਕਾਂ ਧਨ ਦੌਲਤ ਤੇ ਹੋਰ ਸਹੂਲਤਾਂ ਦਿੱਤੀਆਂ ਨੇ। ਉਸ ਰੱਬ ਦੀ ਰਹਿਮਤ ਨੂੰ ਮਾਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਜੋ ਕੁਝ ਰੱਬ ਨੇ ਦਿੱਤੇ ਉਹ ਆਪਾਂ ਇਮਾਨਦਾਰੀ ਦੇ ਨਾਲ ਵਰਤੀਏ। ਜੇ ਆਪਾਂ ਰੱਬ ਦੇ ਦਿੱਤੇ ਸਵਾਸਾਂ ਨੂੰ ਚੰਗੇ ਤਰੀਕੇ ਦੇ ਨਾਲ ਬਤੀਤ ਕਰਾਂਗੇ ਨਾ, ਤੇ ਪਰਮਾਤਮਾ ਇਹਨਾਂ ਮਹਾਨ ਉਸ ਤੇ ਚੌਗਨ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆਲ, ਹੁਣ ਤੇ ਸਾਨੂੰ ਇਸ ਧਰਤੀ ਤੇ ਭੇਜਿਆ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਬੜੀ ਪਿਆਰੀ ਗੱਲ ਲਿਖੀ ਕਿ ਜਦੋਂ ਆਪਾਂ ਧਰਤੀ ਤੇ ਨਹੀਂ ਸਨ ਆਏ, ਜਦੋਂ ਆਪਾਂ ਜੇ ਜਨਮ ਨਹੀਂ ਲਿਆ, ਮਾਤਾ ਕੇ ਉਧਰ ਵੇਚ ਸਨ, ਮਾਤਾ ਕੇ ਉਧਰ ਦੀ ਅਵਸਥਾ ਗੁਰਬਾਣੀ 'ਚ ਵੀ ਦੱਸੀ, ਆਪਾਂ ਵੀ ਜਾਣਦੇ ਹਾਂ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਉਹ ਮਾਤਾ ਕੇ ਉਧਰ ਆਪਾਂ ਜੱਟ ਰੱਖਦੇ ਸਾਰੇ ਸਨ, ਉੱਥੇ ਲੜਕਦੇ ਸਨ, ਅਰਦਾਸਾਂ ਬੇਨਤੀਆਂ ਕਰਦੇ ਸਨ, ਪਹਿਲੇ ਪੈਰੇ ਰਹਿਣ ਕੇ ਵਜਾਰਿਆ ਮਿੱਤਰਾ ਹੁਕਮ ਪਿਆ ਦਰਬਾਸ, ਗੁਰਦੁਖ ਅੰਤਰ ਤਪ ਕਰੇ ਵਜਾਰਿਆ ਮਿੱਤਰਾ, ਖਸਮ ਸਿੱਧੀ ਅਰਦਾਸ, ਅਰਦਾਸਾਂ ਕਰਦੇ ਪ੍ਰਮਾਤਮਾ ਸਾਨੂੰ ਇਸ ਤਰ੍ਹਾਂ ਬਾਹਰ ਲੈ ਜਾ ਇਸ ਜਗ੍ਹਾ ਤੇ। ਪ੍ਰਮਾਤਮਾ ਸਾਡੇ 'ਚ ਵੇਰ ਕਰਦਾ, ਸਾਨੂੰ ਇੰਨੀ ਖੁੱਲੀ ਡੁੱਲੀ ਧਰਤੀ 'ਤੇ ਲਿਆਉਂਦਾ, ਕਿੰਨੀ ਮਹਾਨ ਧਰਤੀ 'ਤੇ ਲਿਆਉਂਦਾ। ਤੇ ਉਹ ਕਹਿੰਦੇ ਕਿ ਜੇ ਇਸ ਧਰਤੀ 'ਤੇ ਵੀ ਆਪਾਂ ਉਹਦੀ ਯਾਦ ਵਿੱਚ ਜੁੜੇ ਰਵਾਂਗੇ, ਉਹਦੇ ਪਿਆਰ ਜੁੜੇ ਰਵਾਂਗੇ, ਪਤਾ ਨਹੀਂ ਪ੍ਰਮਾਤਮਾ ਹੋਰ ਕਿੰਨੀ ਮਹਾਨ ਥਾਂ 'ਤੇ ਸਾਨੂੰ ਲੈ ਜਾਏ ਜੇ ਇਸ ਧਰਤੀ 'ਤੇ ਉਹਦੇ ਪਿਆਰ ਜੁੜੇ ਰਵਾਂਗੇ। ਇਹ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਦੁੱਖਾਂ ਤੋਂ ਰਹਿਤ, ਚਿੰਤਾ ਤੋਂ ਰਹਿਤ, ਵਿਕਾਰਾਂ ਤੇ ਬੁਰਾਈਆਂ ਤੇ ਔਗੜਾਂ ਤੋਂ ਰਹਿਤ ਜ਼ਿੰਦਗੀ ਬਤੀਤ ਕਰਨੀ,
ਇਹ ਸਭ ਤੋਂ ਉੱਤਮ ਜ਼ਿੰਦਗੀ ਹੈ। ਸਾਡੇ ਮਨਾਂ 'ਚ ਇੱਕ ਖਿਆਲ ਹੈ ਕਿ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ, ਉਦੋਂ ਬਾਅਦ ਉਹਦੀ ਸੰਬੰਧੀ ਪਾਠ ਰਖਾ ਤੋਂ ਮੁਕਤ ਹੋ ਜਾਏਗਾ, ਜਾਂ ਉਹਦੀਆਂ ਅਸਥੀਆਂ ਕਿਤੇ ਕੀਰਤਪੁਰ ਲੈ ਦਿਓ, ਜਾਂ ਹਿੰਦੂ ਵੀਰ ਕਿਤੇ ਗੰਗਾ ਚ ਪਾ ਦਿਓ, ਮੁਕਤ ਹੋ ਜਾਏਗਾ। ਇਹ ਕੰਮ ਬੜਾ ਸੌਖ ਹੈ। ਸਾਰੀ ਜ਼ਿੰਦਗੀ ਬੰਦਾ ਔਗਣ ਕਰਦਾ ਰਹੇ, ਬੁਰਾਈਆਂ ਕਰਦਾ ਰਹੇ, ਬਾਅਦ 'ਚ ਪਾਠ ਕਰਾ ਦਿਓ, ਉਹਦੀਆਂ ਅਸਥੀਆਂ ਕਿਤੇ ਪਾ ਦਿਓ ਅਤੇ ਮੁਕਤ ਹੋ ਗਿਆ। ਹੁਣ ਤਾਂ ਲੋੜ ਹੀ ਨਹੀਂ ਚੰਗੇ ਕੰਮ ਕਰਨ ਦਾ। ਧਰਤੀ 'ਤੇ ਬੁਰਾਈਆਂ ਇੱਥੋਂ ਪੈਦਾ ਹੋਈਆਂ। ਜਦੋਂ ਮਨੁੱਖ ਨੇ ਸੋਚਿਆ ਕਿ ਮੁਕਤ ਤੇ ਹੋ ਹੀ ਜਾਣਾ ਪਾਠ ਕਰਾਇਆ, ਲੋੜ ਕੀ ਹੈ ਚੰਗੇ ਕੰਮ ਕਰਨ ਦੀ, ਲੋੜ ਕੀ ਹੈ ਚੰਗੇ ਪਾਸੇ ਲੱਗਣ ਦੀ। ਇਸ ਕਰਕੇ ਮੁਕਤੀ ਜੇ ਇੱਦਾਂ ਮਿਲਦੀ ਹੋਈ ਤਾਂ ਕੰਮ ਹੀ ਬੜਾ ਸੌਖਾ ਹੈ। ਮੁਕਤੀ ਇੱਦਾਂ ਨਹੀਂ ਹੈ, ਇਹ ਜ਼ਿੰਦਗੀ ਮਿਲੀ ਹੈ ਮੁਕਤੀ ਪ੍ਰਾਪਤ ਕਰਨ ਦੇ ਲਈ। ਇੱਕ ਆਪਾਂ ਆਮ ਧਾਰਨਾ ਕਹਿੰਦੇ ਹਾਂ ਕਿ ਪਿਛਲੇ ਜਨਮ ਅਸੀਂ ਕੋਈ ਬਹੁਤ ਵਧੀਆ ਕੰਮ ਕੀਤੇ ਅਤੇ ਸਾਨੂੰ ਦਾਨ ਮਨੁੱਖਾ ਨਹੀਂ ਮਿਲੀ ਹੈ, ਕਿ ਕੋਈ ਆਪਾਂ ਪੂਰਵਲੇ ਜਨਮ 'ਚ ਵਧੀਆ ਕੰਮ ਕੀਤੇ ਤਾਂ ਮਨੁੱਖਾ ਨਹੀਂ ਮਿਲੀ ਹੈ। ਸਵਾਲ ਹੈ ਕਿ ਕਿਹੜੇ ਜਨਮ 'ਚ ਕੀਤੇ ਆਪਾਂ, ਉਦੋਂ ਕੀ ਸੀ ਉਹ, ਕਿਸੇ ਨੂੰ ਕੋਈ ਪਤਾ ਹੀ ਨਹੀਂ ਹੈ। ਦਰਅਸਲ ਅਸੀਂ ਵਧੀਆ ਕੰਮ ਨਹੀਂ ਕੀਤੇ ਅਤੇ ਰੱਬ ਨੇ ਤੁਰਟ ਕੇ ਸਾਨੂੰ ਮਨੁੱਖਾ ਦਿੱਤੀ ਹੈ ਚੰਗੇ ਕੰਮ ਕਰਨ ਦੇ ਲਈ, ਹੁਣ ਚੰਗੇ ਕੰਮ ਕਰਨ ਦੇ ਲਈ। ਔਰ ਇਹ ਜ਼ਿੰਦਗੀ ਦੇ ਅੰਦਰ ਚੰਗੇ ਕੰਮ ਕਰਾਂਗੇ, ਸੱਚ ਜਾਣਨਾ ਇੱਥੇ ਮੁਕਤ ਹੋ ਜਾਵਾਂਗੇ। ਜਿਹੜੀ ਗੱਲ ਸਤਿਗੁਰ ਜੀ ਦੀ ਕਿ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸੁਮਾਰੀ ਹੈ। ਅਸੀਂ ਕੋਈ ਵੀ ਕੰਮ ਕਰਨਾ ਹੁੰਦਾ ਹੈ ਨਾ, ਉਹ ਆਪਣਾ ਕੰਮ ਜਿਹੜਾ ਦੂਸਰਿਆਂ 'ਤੇ ਨਹੀਂ ਛੱਡਦੇ, ਭਾਵੇਂ ਵਪਾਰ ਹੈ, ਭਾਵੇਂ ਖੇਤੀ ਹੈ, ਭਾਵੇਂ ਕੋਈ ਵੀ, ਆਪਾਂ ਕਹਿੰਦੇ ਆਪਣਾ ਕੰਮ ਆਪ ਕਰਨਾ ਚਾਹੀਦਾ। ਬਜ਼ੁਰਗਾਂ ਦਾ ਇੱਕ ਬਚਨ ਹੈ, ਖੇਤੀ ਖਸਮਾਂ ਸਿਰ 'ਤੇ, ਖੇਤੀ ਵੀ ਖਸਮ ਦੇ ਸਿਰ 'ਤੇ ਹੈ, ਜੇ ਕੋਈ ਸਿਰ 'ਤੇ ਖੜਾ ਤਾਂ ਖੇਤੀ ਹੋ ਜਾਂਦੀ ਹੈ। ਜ਼ਿੰਦਗੀ ਦਾ ਕਾਰਜ ਵੀ ਤਾਂ ਹੀ ਸਰਨਾ ਜੀ ਆਪ ਸਵਾਰਨ, ਇਹ ਨਹੀਂ ਕਿ ਮੇਰੇ ਤੋਂ ਬਾਅਦ ਮੇਰੇ ਨਿਆਣੇ ਪਾਠ ਕਰਾ ਦੇਣਗੇ ਬਹੁਤ ਹੋ ਜਾਵਾਂਗੇ, ਜਾਂ ਮੇਰੇ ਤੋਂ ਬਾਅਦ ਕੋਈ ਲੰਗਰ ਲਵਾ ਦੇਵੇਗਾ ਬਹੁਤ ਹੋ ਜਾਵਾਂਗੇ। ਗੁਰਬਾਣੀ ਕਹਿੰਦੀ ਨਹੀਂ ਆਪਣੀ ਹੱਥੀ ਜ਼ਿੰਦਗੀ ਦਾ ਕਾਰਜ ਆਪਾਂ ਕਰਨਾ ਹੈ। ਉਹ ਕਾਰਜ ਇਹ ਹੈ ਕਿ ਆਪਾਂ ਜ਼ਿੰਦਗੀ ਦੇ ਅੰਦਰ ਕਰਮ ਇਹੋ ਜਿਹੇ ਕਰੀਏ ਕਿ ਵਾਹਿਗੁਰੂ ਜੀ ਦੇ ਰਜਾਂ ਪ੍ਰਵਾਨ ਹੋ ਜਾਈਏ। ਮੁਕਤੀ ਦਾ ਸੰਬੰਧ ਸਰੀਰ ਤਿਆਗਣ ਨਾਲ ਨਹੀਂ ਹੈ, ਮੁਕਤੀ ਦਾ ਸੰਬੰਧ ਮਨੁੱਖ ਦੀ ਸੁਰਤ ਨਾਲ ਹੈ, ਮਨੁੱਖ ਦੀ ਮੁਕਤੀ ਦਾ ਸੰਬੰਧ ਮਨੁੱਖ ਦੇ ਮਨ ਨਾਲ ਹੈ। ਮੁਕਤੀ ਦਾ ਅਰਥ ਹੁੰਦਾ ਸੁਤੰਤਰਤਾ, ਮੁਕਤੀ ਦਾ ਅਰਥ ਹੁੰਦਾ ਆਜ਼ਾਦੀ, ਮੁਕਤੀ ਦਾ ਅਰਥ ਹੁੰਦਾ ਬੰਦ ਖਲਾਸੀ। ਹੁਣ ਬੰਦ ਖਲਾਸੀ ਤੇ ਸਾਡੀ ਸੁਰਤ ਵੀ ਹੋ ਰਹੀ ਸੀ ਕਿ ਸਾਨੂੰ ਜਿਹੜੀਆਂ ਚਿੰਤਾਵਾਂ ਲੱਗੀਆਂ ਨਾ ਤੂੰ ਮੁਕਤ ਹੋ ਜਾਈਏ, ਔਗਣਾਂ ਤੋਂ ਮੁਕਤ ਹੋ ਜਾਈਏ, ਬੁਰਾਈਆਂ ਤੋਂ ਮੁਕਤ ਹੋ ਜਾਈਏ। ਸਤਿਗੁਰੂ ਜੀ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੇ ਪਿਆਰ ਜੁੜਿਆ ਹੁੰਦਾ, ਜੀਵਨ ਮੁਕਤ ਜਿਸ ਹਿਰਦੇ ਪਵਨ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਹੁੰਦਾ ਉਹ ਜਿਉਂਦਾ ਜੀ ਮੁਕਤ ਹੋ ਜਾਂਦਾ। ਵਾਹਿਗੁਰੂ ਜੀ ਨੇ ਇਹ ਜ਼ਿੰਦਗੀ ਦਿੱਤੀ ਹੈ, ਜੇ ਜ਼ਿੰਦਗੀ ਵਿੱਚ ਆਪਾਂ ਪਰਮਾਤਮਾ ਦੇ ਪਿਆਰ ਜੁੜਾਂਗੇ। ਦੇਖੋ ਇਹ ਗੱਲ ਚੇਤੇ ਰੱਖਣਾ ਇਹ ਠੀਕ ਹੈ, ਕਿਸੇ ਆਡੇ ਆਲੇ ਦੁਆਲੇ ਕਈ ਜੂਨਾਂ ਨੇ, ਕਾਂ, ਕੁੱਤੇ, ਬਿੱਲੀਆਂ, ਚਿੜੀਆਂ, ਤੋਤੇ ਤੁਰੇ ਫਿਰਦੇ ਨੇ, 84 ਲੱਖ ਜੂਨਾਂ ਬਜ਼ੁਰਗਾਂ ਨੇ ਕਹੀਆਂ ਨੇ, 84 ਲੱਖ ਤੇ ਜਾ ਕੇ ਮੁੱਕਦੀ ਨਹੀਂ ਗੱਲ, ਇੱਥੇ ਇੱਥੇ ਜਾ ਕੇ ਸਾਡੀ ਮੱਤ ਥੱਕ ਗਈ। ਜੇ ਆਪਾਂ ਕਹਿ ਦਈਏ ਕਿ 84 ਲੱਖ ਹੀ ਨੇ, ਇਹਦਾ ਮਤਲਬ ਕਿਆ ਬੰਦ ਪਾ ਲਿਆ ਰੱਬ? ਗੁਰਬਾਣੀ ਕਹਿੰਦੀ ਨਹੀਂ, ਕਿੰਨੀਆਂ ਕੁ ਜੂਨਾਂ ਕੋਈ ਅੰਕ ਨਹੀਂ ਹੈ, ਕਿੰਨੀਆਂ ਖਾਣੀਆਂ ਕੋਈ ਅੰਕ ਨਹੀਂ, ਖੇਤੀ ਆ ਖਾਣੀ, ਖੇਤੀ ਆ ਬਾਣੀ, ਖੇਤੇ ਪਾਲ, ਕਿੰਨੀਆਂ ਖਾਣੀਆਂ ਨੇ ਕੋਈ ਪਤਾ ਨਹੀਂ, ਕਿੰਨੀਆਂ ਜੂਨਾਂ ਨੇ ਕੋਈ ਪਤਾ ਨਹੀਂ। ਇੱਕ ਜੋ ਧਾਰਨਾ ਸੀ ਕਹਾਵਤ 84 ਲੱਖ ਦੀ, ਉਹ ਵਰਤ ਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਜ਼ਰੂਰ ਹੈ ਕਿ ਸਾਡੀ 84 ਲੱਖ ਜੂਨਾਂ 'ਚੋਂ ਉੱਤਮ ਨਹੀਂ ਹੈ। ਬੰਦਾ ਮਰਨ ਤੋਂ ਬਾਅਦ ਕੀ ਬਣਦਾ ਹੈ ਜਾਂ ਨਹੀਂ ਬਣਦਾ ਕਿ ਪਰਮਾਤਮਾ ਜਾਣਦਾ, ਅੱਜ ਤੱਕ ਕੋਈ ਨਹੀਂ ਦੱਸ ਸਕਿਆ। ਤੁਹਾਡੇ ਸਾਡੇ ਬਜ਼ੁਰਗ ਗਏ ਨੇ, ਕਿਸੇ ਬਜ਼ੁਰਗ ਨੇ ਆ ਕੇ ਦੱਸਿਆ ਕਿ ਮੈਂ ਕਿਸੇ ਸਵਰਗ ਵਿੱਚ ਬੈਠਾ ਜਾਂ ਮੈਂ ਕਿਸੇ ਨਰਕ 'ਚ ਬੈਠਾ। ਦਰਅਸਲ ਉਹ ਸਵਰਗ ਅਤੇ ਨਰਕ ਤਾਂ ਇਹ ਜ਼ਿੰਦਗੀ ਵਿੱਚ ਆਮ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਮਰਨ ਤੋਂ ਬਾਅਦ ਨਰਕਾਂ ਦੀ ਅੱਗ ਵਿੱਚ ਸਾੜਿਆ ਜਾਂਦਾ ਬੰਦਾ, ਆਮ ਆਪਾਂ ਗੱਲ ਸੁਣਦੇ ਹਾਂ। ਪਰ ਇੱਕ ਮੇਰੀ ਬੇਨਤੀ ਹੈ, ਅਸੀਂ ਪਰਮਾਤਮਾ ਦੇ ਬੱਚੇ, ਤੁਹਾਡਾ ਕੋਈ ਬੱਚਾ ਗਲਤੀ ਕਰੇ ਤੁਸੀਂ ਬੱਚੇ ਨੂੰ ਅੱਗ ਵਿੱਚ ਸਾੜੋਗੇ? ਆਪਾਂ ਤੇ ਆਪਣੇ ਬੱਚੇ ਨੂੰ ਨਹੀਂ ਸਾੜਦਾ। ਜੇ ਅਸੀਂ ਪਰਮਾਤਮਾ ਦੇ ਬੱਚੇ ਤੇ ਪਰਮਾਤਮਾ ਸਾਨੂੰ ਕਿਤੇ ਅੱਗ ਵਿੱਚ ਨਹੀਂ ਸਕਦੀ, 5 ਤਰ੍ਹਾਂ ਦੀ ਅੱਗ ਸਾਡੇ ਅੰਦਰ ਬਲ ਰਹੀ ਹੈ, ਕਾਇਆ ਆਰਣ,
ਮਨ ਵਿੱਚ ਲੋਹਾ ਪੰਚ ਅਗਨ ਤਿੰਨ ਲਾਗ ਰਹੇ, ਸਾਡੇ ਅੰਦਰ ਕ੍ਰੋਧ ਦੀ ਆਗਿਆ, ਸਾਡੇ ਅੰਦਰ ਵਿਕਾਰਾਂ ਦੀ ਆਗਿਆ, ਇਸ ਅੱਗ ਤੋਂ ਸੀ। ਪਰ ਇਸ ਅੱਗ ਤੋਂ ਬੰਦਾ ਬਚਦਾ ਹੀ ਨਹੀਂ ਹੈ। ਇੱਥੇ ਸਭ ਕੁਝ ਕਰੀ ਜਾਂਦਾ ਹੈ, ਉਹ ਸੋਚਦਾ ਕਿ ਉਹ ਦਾਨ ਕਰ ਦੇਵਾਂਗਾ, ਪਾਠ ਪੂਜਾ ਕਰ ਲਵਾਂਗਾ, ਅੱਗੇ ਮੈਂ ਨਰਕਾਂ ਦੀ ਅੱਗ ਤੋਂ ਬਚ ਜਾਵਾਂਗਾ। ਉਹ ਕਿਤੇ ਆਨੰਦ ਨਹੀਂ ਮਾਣ ਸਕੇਗਾ। ਗੁਰਬਾਣੀ ਕਹਿੰਦੀ ਇਹ ਜ਼ਿੰਦਗੀ ਮਿਲੀ ਹੀ ਪਰਮਾਤਮਾ ਵਿੱਚ ਨਿਵਲੀਨ ਹੋਣ ਦੇ ਲਈ ਹੈ। ਇਹ ਜ਼ਿੰਦਗੀ ਮਿਲੀ ਆਪਾਂ ਪਰਮਾਤਮਾ ਦਾ ਰੂਪ ਬਣਦੇ ਹਾਂ। ਪਰਮਾਤਮਾ ਨੂੰ ਮਿਲਣਾ ਕੀ ਹੈ? ਪਰਮਾਤਮਾ ਦਾ ਕੋਈ ਆਕਾਰ ਹੀ ਨਹੀਂ, ਪਰਮਾਤਮਾ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਚੱਕਰ ਨਹੀਂ, ਜਿਹਨ ਨਹੀਂ, ਜਾਤ ਨਹੀਂ। ਪਰਮਾਤਮਾ ਨੂੰ ਕਿਵੇਂ ਮਿਲਾਂਗੇ ਆਪਾਂ? ਪਰਮਾਤਮਾ ਹੈ ਨਾ, ਘਰ ਬੈਠ ਕੇ ਪਰਿਵਾਰ 'ਚ ਆਪਣੇ ਅਸੀਂ ਗੱਲਾਂ ਕਰਦੇ ਕਿ ਅੱਜ ਤੇ ਬਚਣ ਦਾ ਕੋਈ ਰਸਤਾ ਨਹੀਂ ਸੀ। ਇੱਕ ਬੰਦਾ ਆਇਆ, ਉਹਦੇ ਕੋਲ ਰੱਬ ਵਰਗਾ ਹੀ ਸੀ। ਮੇਰੇ ਲਈ ਤਾਂ ਉਹ ਰੱਬ ਹੀ ਸੀ ਜਿਹਨੇ ਮੈਨੂੰ ਮੌਤ ਤੋਂ ਬਚਾ ਦਿੱਤਾ। ਰੱਬ ਕੀ ਹੈ? ਅੰਦਰ ਦਇਆ ਹੋਣੀ। ਰੱਬ ਕੀ? ਤੁਹਾਡੇ ਅੰਦਰ ਪਿਆਰ ਹੋਣਾ। ਰੱਬ ਦਾ ਹੋਰ ਕੋਈ ਵੇਹ ਨਹੀਂ ਹੈ, ਕੋਈ ਜੋੜ ਨਹੀਂ ਹੈ। ਕਾਂ ਸਾਰੀ ਜ਼ਿੰਦਗੀ ਕਾਂ ਹੀ ਰਹੇਗਾ, ਕੁੱਤਾ ਸਾਰੀ ਜ਼ਿੰਦਗੀ ਕੁੱਤਾ ਹੀ ਰਹੇਗਾ। ਮਨੁੱਖ ਆਪਾਂ ਦੇਖਦੇ ਕਿ ਪਰਿਵਾਰ ਦੇ ਦੋ ਤਿੰਨ ਬੱਚੇ ਹੁੰਦੇ ਨੇ, ਇੱਕ ਡਾਕਟਰ ਬਣ ਜਾਂਦਾ, ਇੱਕ ਇੰਜੀਨੀਅਰ ਬਣ ਜਾਂਦਾ, ਇੱਕ ਵੱਡਾ ਅਫਸਰ ਬਣ ਜਾਂਦਾ, ਕੋਈ ਇੱਕ ਲੀਡਰ ਬਣ ਜਾਂਦਾ, ਕੋਈ ਬਿਜ਼ਨਸਮੈਨ ਬਣ ਜਾਂਦਾ। ਇੱਕ ਮਨੁੱਖ ਹੈ ਜਿਸ ਬੰਦੇ ਨੂੰ ਅੱਗੇ ਉਹ ਬਣ ਸਕਦਾ। ਪਰ ਗੁਰਬਾਣੀ ਕਹਿੰਦੀ ਬੰਦੇ ਜੇ ਤੂੰ ਚਾਹੇ ਰੱਬ ਬਣ ਸਕਦਾ, ਤੂੰ ਰੱਬ ਬਣ ਸਕਦਾ। ਬਣਨ ਦਾ ਅਰਥ ਹੈ ਕਿ ਰੱਬ ਦੇ ਪਿਆਰ ਵਿੱਚ ਜੁੜ ਕੇ ਆਪਣਾ ਸੁਭਾਅ ਰੱਬ ਵਰਗਾ ਬਣਾ ਲਿਆ। ਗੁਰੂ ਰਾਮਦਾਸ ਜੀ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾਲੀ ਬਣਦੇ ਨੇ। ਜਦੋਂ ਤੁਸੀਂ ਡਾਰਵਨ ਨੂੰ ਪੜ੍ਹੋਗੇ, ਡਾਰਵਨ ਇਹ ਗੱਲ ਕਹਿੰਦਾ ਆਮ ਹੀ ਆਪਾਂ ਗੁਰਬਾਣੀ ਦਾ ਇੱਕ ਵਚਨ ਸਾਚੇ ਤੇ ਪਵਣਾ ਪਿਆ ਪਵਣੇ ਤੇ। ਸਭ ਤੋਂ ਪਹਿਲਾਂ ਪਰਮਾਤਮਾ ਨੇ ਗੈਸਾਂ ਬਣਾਈਆਂ, ਹਵਾਵਾਂ ਬਣਾਈਆਂ, ਇਹ ਗੁਰਬਾਣੀ ਦਾ ਵਿਗਿਆਨ ਹੈ ਕਿ ਸਾਚੇ ਤੇ ਪਵਣਾ ਪਿਆ। ਪਵਨ ਦਾ ਅਰਥ ਹੈ ਹਵਾਵਾਂ, ਗੈਸਾਂ। ਸਭ ਤੋਂ ਪਹਿਲਾਂ ਹਵਾਵਾਂ ਬਣੀਆਂ, ਉਹ ਧਰਤੀ ਤੇ ਆਇਆ, ਧਰਤੀ ਤੇ ਡਿਵੈਲਪ ਹੁੰਦੀ ਹੁੰਦੀ ਸਹਿਜੇ ਸਹਿਜੇ ਇਹ ਮਨੁੱਖ ਤੱਕ ਆਪਾਂ ਪਹੁੰਚਿਆ। ਕਈ ਲੱਖਾਂ ਸਾਲਾਂ ਦਾ ਇਹ ਸਫ਼ਰ, ਅਰਬਾਂ ਸਾਲਾਂ ਦਾ ਸਫ਼ਰ ਤੈਅ ਕਰਕੇ ਆਪਾਂ ਇਹ ਮਨੁੱਖ ਦੇਹ 'ਚ ਪਹੁੰਚਿਆ। ਇਹ ਹੈ ਕਈ ਜ਼ਰੂਰੀ ਹੈ ਮਨੁੱਖੀ ਇਨਸਾਨੀ ਜ਼ਿੰਦਗੀ। ਇਹ ਗੁਰਬਾਣੀ ਕਹਿੰਦੀ ਆਪਾਂ ਇਸ ਜ਼ਿੰਦਗੀ ਦੇ ਅੰਦਰ ਨਹੀਂ ਲਿਆ, ਰੱਬ ਵਰਗੇ ਬਣਨਾ। ਸਿਆਣੇ ਕਹਿੰਦੇ ਮਨੁੱਖ ਆਪਣਾ ਮਾਇੰਡ ਸਿਰਫ 2% ਹੀ ਵਰਤਦਾ, ਇਹਨੂੰ ਜ਼ਿਆਦਾ ਨਹੀਂ ਵਰਤਦਾ। ਜਦੋਂ ਇਹ 100% ਵਰਤਣਾ ਸ਼ੁਰੂ ਕਰ ਦੇਗਾ ਨਾ ਦਰਅਸਲ, ਇਹ ਰੱਬ ਵਰਗਾ ਬਣਦਾ। ਐਵਰੀਥਿੰਗ ਇਜ਼ ਪੋਸੀਬਲ, ਸਭ ਕੁਝ ਕਰਨ ਦੇ ਸਮਰੱਥ ਹੋ ਜਾਏਗਾ। ਕੋਈ ਦੁੱਖ, ਕੋਈ ਰੋਗ, ਕੋਈ ਚਿੰਤਾ, ਠੰਡ ਦੀ ਵੀ ਪਰਵਾਹ ਨਹੀਂ ਕਰਦਾ, ਗਰਮੀ ਦੀ ਪਰਵਾਹ ਨਹੀਂ ਕਰਦਾ। ਜਿਹੜਾ ਬੰਦਾ ਮਾਨਸਿਕ ਤੌਰ ਤੇ ਕਮਜ਼ੋਰ ਹੋਏ ਨਾ, ਆ ਦੁੱਖ ਉਹਦੇ ਨਹੀਂ ਨੇ, ਪਰੇਸ਼ਾਨੀਆਂ ਚਿੰਤਾਵਾਂ ਉਹਦੇ ਨਹੀਂ ਨੇ। ਜਿਹੜਾ ਮਾਨਸਿਕ ਤੌਰ ਤੇ ਤਕੜਾ ਹੁੰਦਾ ਉਹਨੂੰ ਤੇ ਕੋਈ ਡਰ ਨਹੀਂ, ਉਹਦੇ ਕਹਿੰਦਾ ਕੋਈ ਮੌਤ ਹੈ ਹੀ ਨਹੀਂ। ਅਸੀਂ ਆਪਾਂ ਮਾਨਸਿਕ ਕਮਜ਼ੋਰੀਆਂ ਤੋਂ ਮੁਕਤੀ ਪ੍ਰਾਪਤ ਕਰਨਾ। ਮੁਕਤੀ ਦਾ ਅਰਥ ਹੈ ਛੁਟਕਾਰਾ, ਮੁਕਤੀ ਦਾ ਅਰਥ ਹੈ ਆਜ਼ਾਦੀ, ਸੁਤੰਤਰਤਾ। ਮੁਕਤੀ ਸਰੀਰ ਦੇ ਆਗਮਨ ਤੋਂ ਬਾਅਦ ਹਰ ਬੰਦਾ ਧਰਤੀ ਦਾ ਰਾਜ ਹੈ। ਕਿਸੇ ਮਨੁੱਖ ਨੂੰ ਕਿਸੇ ਨਾਲੋਂ ਕੋਈ ਘੱਟ ਨਹੀਂ ਦਿੱਤਾ ਹੋਇਆ, ਹਰ ਬੰਦੇ ਨੂੰ ਬਰਾਬਰ ਦਿੱਤਾ ਹੋਇਆ। ਜਿੰਨਾ ਕੋ ਅੰਦਰੋਂ ਪਿਓਰ ਦਾ ਅੰਦਰੋਂ ਪਵਿੱਤਰ ਹੁੰਦਾ ਜਾਏਗਾ, ਜਾਂ ਜਿੰਨਾ ਜ਼ਿੰਦਗੀ ਅੰਦਰ ਕੋ ਮਿਹਨਤ ਕਰੇਗਾ, ਉਹਨਾਂ ਮੈਂ ਗੁਰੂ ਚਰਨਾਂ 'ਚ ਅਰਦਾਸ ਕਰਦਾ, ਵਾਹਿਗੁਰੂ ਪਰਿਵਾਰ ਨੂੰ ਬਾਣੀ ਚਰਨ ਦੀ ਸਮਰੱਥਾ ਦੇਣ। ਉਹ ਸਾਧਨਾ ਨੂੰ ਸਦਾ ਸਤ ਸੰਗਤ ਦਾ ਨਿਵਾਸ ਕਰ ਸਨ, ਬੜੇ ਪਿਆਰੇ ਸਨ, ਗੁਰਬਾਣੀ ਨਾਲ ਜੁੜੇ ਸਨ, ਬੜੇ ਇੰਟੈਲੀਜੈਂਟ ਸਨ। ਹਰ ਪੱਖ ਤੋਂ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਸਮਾਜ ਦੀ। ਇੰਨੀਆਂ ਬੇਨਤੀਆਂ ਕਰਦਾ ਮੈਂ, ਗੁਰ ਚੁੱਕ ਦੀ ਖਿਮਾ ਦਾ ਜਾ ਚੁੱਕਦੀ ਹਾਂ, ਔਰ ਨਾਲ ਹੀ ਸਾਹਿਬ ਗੁਰ ਚੁੱਕ ਦੀ ਖਿਮਾ ਕਰਦੇ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਜਲਾ ਪਰਿਵਾਰ ਨਾਲ ਜੁੜੇ ਹੋਏ ਮੈਨੂੰ
ਹੋ ਚੁੱਕੇ ਨੇ। ਸਭ ਤੋਂ ਪਹਿਲਾਂ ਜਦੋਂ ਮੈਂ ਇੱਕ ਵਾਰੀ ਅਮੈਰੀਕਾ ਗਿਆ ਸੀ ਉਦੋਂ ਇਹਨਾਂ ਦੇ ਸਪੁੱਤਰ ਤੇਜਪਾਲ ਜਿਹਨਾਂ ਨੂੰ ਅਸੀਂ ਨਿਕਸਨ ਵੀ ਕਹਿੰਦੇ ਹਾਂ ਉਹਨਾਂ ਉਹ ਪਹਿਲੀ ਵਾਰੀ ਮਿਲੇ ਮਿਲੇ ਔਰ ਸਭ ਤੋਂ ਅੱਛੀ ਇਹ ਚੀਜ਼ ਲੱਗੀ ਉਹਨਾਂ ਦੇ ਬਾਰੇ ਕਿ ਉਹ ਅਮੈਰੀਕਾ 'ਚ ਬੈਠੇ ਹੋਏ ਸੀ ਬਟ ਉਹਨਾਂ ਦੇ ਵਿਚਾਰ ਬੜੇ ਪਵਿੱਤਰ ਸੀ। ਫਿਰ ਹੌਲੀ ਹੌਲੀ ਪਤਾ ਲੱਗਿਆ ਕਿਉਂਕਿ ਜਿਹੜੇ ਵਿਚਾਰ ਹੁੰਦੇ ਨੇ ਉਹ ਸਾਡੇ ਮਾਂ ਪਿਓ ਤੋਂ ਹੁੰਦੇ ਨੇ ਕਿ ਉਹਨਾਂ ਦੇ ਸਾਰੇ ਵਿਚਾਰ ਮਾਸਟਰ ਜਰਨੈਲ ਸਿੰਘ ਜੀ ਔਜਲਾ ਉਹਨਾਂ ਦੇ ਵੱਲੋਂ ਆਏ ਨੇ। ਮਾਸਟਰ ਜੀ ਬਾਰੇ ਕਈ ਗੱਲਾਂ ਤੁਹਾਡੇ ਨਾਲ ਬਾਕੀਆਂ ਨੇ ਵੀ ਸਾਡੀਆਂ ਕਿਉਂ ਨਹੀਂ ਮਿਲੇ ਬਜਾਏ ਤੁਹਾਨੂੰ ਜ਼ਿਆਦਾ ਪਤਾ ਹੋਣਾ ਹੈ ਲੇਕਿਨ ਉੱਥੇ ਅੱਜ ਜਦੋਂ ਅਸੀਂ ਘਰ ਬੈਠੇ ਹੋਏ ਸੀ ਤਾਂ ਇੱਕ ਦੋ ਗੱਲਾਂ ਹੋ ਰਹੀਆਂ ਸੀ ਜਿਹੜੀਆਂ ਉਹਨਾਂ 'ਚ ਖਾਸੀਅਤ ਸੀਗੀ। ਇੱਕ ਸੀਗੀ ਕੰਟੈਂਟਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸੰਤੁਸ਼ਟੀ ਜਿਹਨੂੰ ਕਹਿੰਦੇ ਤੇਰਾ ਭਾਣਾ ਮਿੱਠਾ ਲੱਗਾ ਕਿ ਜੋ ਮਿਲ ਗਿਆ ਪਰਮਾਤਮਾ ਦਾ ਭਾਣਾ ਮੰਨ ਕੇ ਖੁਸ਼ ਰਹਿਣਾ ਇੱਕ ਬੜੀ ਵੱਡੀ ਨੇਮਤ ਉਹ ਜਿਸ ਇਨਸਾਨ ਦੇ ਵਿੱਚ ਆ ਜਾਂਦੀ ਹੈ। ਜਿਵੇਂ ਮੇਰੇ ਤੋਂ ਪਹਿਲਾਂ ਦੱਸ ਰਹੇ ਸੀਗੇ ਕਿ ਉਹ ਬਸ ਉਹ ਰੱਬ ਦਾ ਹੀ ਬੰਦਾ ਬਣ ਜਾਂਦਾ ਕਿਉਂਕਿ ਫਿਰ ਉਹਨਾਂ 'ਚ ਲਾਲਚ ਨਹੀਂ ਰਹਿੰਦਾ ਕਿ ਮੈਂ ਆਹ ਕਰ ਲਾਂ ਉਹ ਕਰ ਲਾਂ। ਸੋ ਜਰਨੈਲ ਸਿੰਘ ਜੀ ਮਾਸਟਰ ਜੀ ਦੇ ਵਿੱਚ ਇਹ ਬੜੀ ਵੱਡੀ ਨੇਮਤ ਸੀ। ਉਸ ਤੋਂ ਇਲਾਵਾ ਪੈਸੇ ਦਾ ਉਹਨਾਂ ਨੂੰ ਕੋਈ ਲਾਲਚ ਨਹੀਂ ਪੜ੍ਹਾਉਂਦੇ ਸੀਗੇ ਕੋਈ ਟਿਊਸ਼ਨ ਨਹੀਂ। ਹਾਂ ਵੈਸੇ ਕਿਸੇ ਨੂੰ ਜੇ ਕੋਈ ਬੱਚਾ ਆ ਗਿਆ ਉਹਨੂੰ ਕੋਈ ਕਿਸੇ ਸਬਜੈਕਟ 'ਚ ਉਹ ਕਮਜ਼ੋਰ ਹੈ ਅਤੇ ਉਹ ਆ ਕੇ ਪੜ੍ਹ ਲਵੇ ਉਹਨਾਂ ਕੋਲ ਸ਼ਾਮ ਨੂੰ ਘਰ ਆ ਕੇ ਪੁੱਛ ਲਵੇ। ਸੋ ਇਹ ਸਾਰੀਆਂ ਨੇਮਤਾਂ ਬਾਰੇ ਸਾਨੂੰ ਵੀ ਗੌਰ ਕਰਨ ਦੀ ਜ਼ਰੂਰਤ ਹੈ ਅਤੇ ਪਰਮਾਤਮਾ ਸਾਨੂੰ ਵੀ ਇਹੋ ਜਿਹੇ ਗੁਣ ਦੇਵੇ। ਮੈਂ ਇਸ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਦਾ ਅਤੇ ਪਰਮਾਤਮਾ ਅੱਗੇ ਆਸਾ ਕਰਦਾ ਕਿ ਪਰਮਾਤਮਾ ਮਾਸਟਰ ਜੀ ਨੂੰ ਜਰਨੈਲ ਸਿੰਘ ਜੀ ਔਜਲਾ ਜੀ ਨੂੰ ਸਵਰਗਾਂ 'ਚ ਪਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਮਤ ਤਖਤ ਦੇ ਮਾਲਕ ਕਲ ਯੁਗ ਦੇ ਮੋਹੇ ਚ ਗਿਆਨ ਦੇ ਸਾਗਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਫਤਿਹ ਦੀ ਸਾਂਝ ਪਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇਹ ਇਕੱਤਰਤਾ ਹੋਈ ਹੈ ਇੱਕ ਰੂਹ ਦੇ ਜਾਣ ਨਾਲ ਪਿਆਰ ਦੀਆਂ ਤੰਦਾਂ ਸਾਂਝੀਆਂ ਕਰਨ ਵਾਸਤੇ ਆਪ ਸਭ ਸਾਡੇ ਇਸ ਵਿਛੋੜੇ ਦੇ ਸਮੇਂ ਵਿੱਚ ਕੁਝ ਧਰਵਾਸ ਦੇਣ ਵਾਸਤੇ ਜਾਂ ਉਹਨਾਂ ਦੀ ਵਿਛੜੀ ਰੂਹ ਦੇ ਸ਼ਾਂਤੀ ਦੇ ਗੱਲ ਕਹਿਣੀ ਨਹੀਂ ਬਣਦੀ ਕਿਉਂਕਿ ਉਹਨਾਂ ਨੇ ਸ਼ਾਂਤੀ ਜਿਉਂਦੇ ਜੀ ਹੀ ਪ੍ਰਾਪਤ ਕਰ ਲਈ ਸੀ। ਉਹ ਅਸ਼ਾਂਤ ਕਦੀ ਹੋਏ ਹੀ ਨਹੀਂ ਸਨ। ਜਿਵੇਂ ਹੁਣ ਵੀ ਮੈਂ ਮੱਥਾ ਟੇਕਿਆ ਨਾ ਨਜ਼ਰ ਮਾਰੀ ਤਸਵੀਰ ਅੱਗੇ ਰੱਖੀ ਹੈ ਤੇ ਮੈਨੂੰ ਇਹ ਸੁਨੇਹਾ ਦੇ ਰਿਹਾ ਇਹ ਹੋਣਾ ਸੀ ਏਦਾਂ ਹੀ ਹੋਣਾ ਸੀ ਇਹ ਹੋਣਾ ਸੀ ਇਹ ਏਦਾਂ ਹੀ ਹੋਣਾ ਸੀ ਕਿਉਂਕਿ ਕਹਿੰਦੇ ਸਭ ਨੇ ਜਾਣਾ ਹੈ
ਉੱਥੇ ਰੋਜ਼ ਹੀ ਇਹ ਗੱਲ ਕਰਦੇ ਸਨ, ਸਭ ਨੇ ਜਾਣਾ ਹੈ, ਕੋਈ ਵੀ ਇੱਥੇ ਆਇਆ ਜੋ ਹੈ ਕੋਈ ਵੀ ਟਿਕਿਆ ਨਹੀਂ ਹੈ। ਬਾਣੀ ਦੇ ਬਚਨ ਹਨ, ਜੇ ਸੌ ਵਰਿਆ ਜੀਵਨ ਖਾਨ, ਭਾਵੇਂ ਸੌ ਸਾਲ ਅਸੀਂ ਸਮਾਂ ਇੱਥੇ ਘੱਟ ਜਾਈਏ, ਰੱਜਿਆ ਹੋਇਆ ਵੀ ਕੋਈ ਨਹੀਂ। ਜੇ ਸੌ ਵਰਿਆ ਜੀਵਨ ਖਾਨ, ਖਸਮ ਪਛਾਣੈ ਸੋ ਦਿਨ ਪਰਵਾਨ। ਉਹ ਇੱਕ ਦਿਨ ਵੀ ਮਿਲ ਜੇ ਜਦੋਂ ਅਸੀਂ ਉਸ ਖਸਮ ਦੇ ਨਾਲ ਜੁੜ ਜਾਈਏ, ਉਸ ਮਾਲਕ ਦੇ ਨਾਲ ਜੁੜ ਜਾਈਏ, ਪਰਵਾਨ ਪੈ ਸਕਦੇ ਹਾਂ। ਸਭਨਾ ਮਰਨਾ ਆਇਆ ਵਿਛੋੜਾ ਸਭਨਾ ਹਾਂ, ਪਿੱਛੋਂ ਜਾਏ ਸਿਆਣਿਆ ਅੱਗੇ ਮਿਲਣ ਕਨਾ ਹਾਂ। ਪਰ ਅਗਲਾ ਜੋ ਸ਼ਬਦ ਹੈ ਬਾਣੀ ਦਾ, ਇੱਕ ਇੱਕ ਵਚਨ ਸਾਨੂੰ ਜੀਣ ਵਾਸਤੇ ਆਇਆ ਹੈ। ਕਿਸ ਤਰ੍ਹਾਂ ਤੂੰ ਜੀਣਾ ਹੈ, ਕਿਸ ਤਰ੍ਹਾਂ ਦਾ ਜੀਵਨ ਤੈਨੂੰ ਚਾਹੀਦਾ ਹੈ। ਅਗਲਾ ਬਚਨ ਹੈ, ਜਿਨ ਮੇਰਾ ਸਾਹਿਬ ਵਿਸਰੈ ਵੱਡੀ ਬੇਦਨ ਤੇਰਾ। ਜਿਨ੍ਹਾਂ ਨੂੰ ਮੇਰਾ ਮਾਲਕ ਵਾਹਿਗੁਰੂ ਇੱਥੇ ਰਹਿੰਦਿਆਂ ਭੁੱਲ ਜਾਏ, ਵੱਡੀ ਪੀੜਾ ਤੇ ਉਹਨਾਂ ਵਾਸਤੇ ਹੈ। ਵੱਡੀ ਬੇਦਨ ਪੀੜਾ ਤਿਨਾ ਉਹਨਾਂ ਨੂੰ ਹੈ, ਉਹਦਾ ਤੇ ਸਾਰਿਆਂ ਨੇ ਮਰਨਾ, ਅੱਗੇ ਜਾ ਕੇ ਵੀ ਪਤਾ ਨਹੀਂ ਮਿਲਦਾ ਕੋਈ ਕਿ ਨਹੀਂ ਮਿਲਦਾ। ਪਰ ਸਰਦਾਰ ਸਾਹਿਬ ਜਦੋਂ ਗੋਸ਼ਟੀ ਹੁੰਦੀ ਹੈ ਕਿ ਜੋ ਅਸਾਂ ਨੇ ਜੀਵਨ ਜੀਆ, ਕਿਉਂਕਿ ਮੇਰੀ ਉਹਨਾਂ ਦੇ ਨਾਲ ਸਾਂਝ, ਜੋ ਸਮਾਂ ਕਿੰਨਾ ਮਿਲਿਆ 43 ਸਾਲ 8 ਮਹੀਨੇ ਤੇ 6 ਦਿਨ ਮਿਲਿਆ ਸਾਨੂੰ। ਸਮਾਂ ਤੇ ਬਹੁਤ ਮਿਲ ਗਿਆ, ਰਚਨਾ ਨਹੀਂ ਅਸੀਂ, ਪਰ ਇਸ ਸਮੇਂ ਅੰਦਰ ਰਹਿੰਦੇ ਆ ਕਿ ਅਸੀਂ ਸੰਤੁਸ਼ਟ ਹੋਏ, ਕਿ ਅਸੀਂ ਰੱਜੇ, ਕਿ ਐਵੇਂ ਸਾਫੇ ਸਾਫੇ ਵਾਲੀ ਗੱਲ ਹੋਈ ਨਹੀਂ ਭਾਈ। ਮਾਣਿਆ ਅਵੇਲ ਕੀਤਾ ਉਹਨੇ ਸਮੇਂ ਨੂੰ, ਇੱਕ ਇੱਕ ਪਲ ਨੂੰ ਮਾਣਿਆ ਉਹ ਸਰਦਾਰ ਸਾਹਿਬ ਨੇ, ਤੇ ਕੁਦਰਤ ਦੇ ਨਾਲ ਖੇਡਿਆ। 5 ਤਖਤ ਤੇ ਹਰ ਕੋਈ ਦਰਸ਼ਨ ਕਰਦਾ, ਪਾਕਿਸਤਾਨ ਗੁਰਦੁਆਰੇ ਦੇਖ, ਉਹ ਵੀ ਸਾਨੂੰ ਦਿਖਾ, ਬਾਹਰਲੇ ਮੁਲਕਾਂ ਚ ਵੀ ਚਲੋ ਕੁਦਰਤ ਨੂੰ ਦੇਖਣ ਜਿਹਨੂੰ ਵੀ ਮੌਕਾ ਮਿਲਦਾ ਉਹ ਵੀ ਗਏ, ਕੈਨੇਡਾ ਗਏ, ਅਮਰੀਕਾ ਗਏ, ਇੰਗਲੈਂਡ ਗਏ। ਇੱਧਰ ਜੋ ਪਹਾੜੀ ਏਰੀਆ ਸਾਡਾ ਵਧੀਆ ਹੈ, ਸ਼ਿਮਲਾ, ਡਲਹੌਜ਼ੀ, ਧਰਮਸ਼ਾਲਾ, ਕਿੱਥੇ ਨੇ ਕਿੱਥੇ ਕੋਈ ਮਾਤਾ ਦਾ ਦਰਬਾਰ ਨਹੀਂ ਛੱਡਿਆ। ਚੱਲ ਚਰਤਪੁਰ ਨਹੀਂ ਚੱਲੀਏ, ਚੱਲ ਜਵਾਹਰ ਜੀ ਚੱਲੀਏ, ਚੱਲ ਵੈਸ਼ਨੋ ਮਾਤਾ ਦੇ ਵੀ ਜਾਈਏ। ਕੀ ਸੀ ਕਿ ਕੁਦਰਤ ਨੂੰ ਦੇਖਣ ਆਏ ਆ, ਦੇਖ ਕੇ ਜਾਈਏ, ਜੇ ਹੁਣ ਸੱਦ ਕੇ ਲਿਆਓ ਤਾਂ ਕਿੱਥੋਂ ਆਉਣਗੇ ਦੇਖਣ। ਉਹ ਸਮਾਂ ਤੇ ਉਸਨੇ ਬੀਤ ਗਿਆ, ਉਸਨੇ ਬਾਜੋਂ ਛੁੱਟ ਗਿਆ, ਮੁੜ ਕੇ ਨਹੀਂ ਆਉਂਦਾ। ਪਰ ਜਿੰਨਾ ਸਮਾਂ ਆਪਾਂ ਰਹਿੰਦੇ ਹੋਏ ਜਿਹੜੇ ਬਚ ਗਏ ਆ, ਉਸ ਸਮੇਂ ਨੂੰ ਉਸ ਹਿਸਾਬ ਦੇ ਨਾਲ ਜੇ ਅਸੀਂ ਕਰੀਏ। ਬਾਣੀ ਦੇ ਬਚਨ ਹਨ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਕਿੱਦਾਂ ਦੇ 5 ਦੁੱਖ ਅਰ ਅਹ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਇਹ ਕਿਸੇ ਕਿਸੇ ਦੇ ਦੂਰ ਹੁੰਦੇ ਆ 5 ਰੋਗ, ਪਰ ਉਹਨਾਂ ਨੇ ਰਸਨਾ ਨੂੰ ਐਵੇਂ ਸੁੱਚੀ ਰੱਖਿਆ, ਇਸ ਤਰ੍ਹਾਂ ਸੁੱਚੀ ਰੱਖਿਆ ਕਿ ਰਸਨਾ ਨੂੰ ਗੰਦੀ ਨਹੀਂ ਹੋਣ ਦਿੱਤਾ। ਇੱਕ ਵੀ ਸ਼ਬਦ ਜੋ ਹੈ ਪਿਆਰ ਵਾਲੇ ਤੋਂ ਬਿਨਾਂ, ਜੋ ਕਿਸੇ ਨੂੰ ਦੁੱਖ ਦੇਵੇ, ਉਹ ਸ਼ਬਦ ਬੋਲਿਆ ਹੀ ਨਹੀਂ।
ਕੋਈ ਅਪਸ਼ਬਦ ਰਸਨਾ ਤਾਂ ਕਿਹਾ ਹੀ ਨਹੀਂ, ਐਸੀ ਗੰਢ ਦਿੱਤੀ ਹੋਈ ਸੀ ਕਿ ਇੰਨੀ ਉਮਰ ਬੀਤਣ ਦੇ 77 ਸਾਲ ਦੀ ਉਮਰ ਕੱਟ ਜਾਣ ਦੇ ਬਾਵਜੂਦ ਵੀ ਇੱਕ ਨਹੀਂ, ਇੱਕ ਵਾਰੀ ਕਹਿੰਦੇ ਬਚਪਨ 'ਚ ਜ਼ਰੂਰ ਮੇਰੇ ਨਾਲ ਗੱਲ ਸਾਂਝੀ ਕਰਦੇ ਸੀ ਕਿ ਮੈਂ ਪੜ੍ਹਦਾ ਹੁੰਦਾ ਸੀ ਛੋਟਾ ਜਿਹਾ ਤਾਂ ਮੈਂ ਕਿਸੇ ਨੂੰ ਹਰਾਮ ਦਾ ਕਹਿ ਬੈਠਾ ਸੀ, ਉਹਨੇ ਮੇਰੀ ਸ਼ਿਕਾਇਤ ਲਾ ਦਿੱਤੀ, ਕਹਿੰਦੇ ਮੈਨੂੰ ਪਤਾ ਲੱਗ ਗਿਆ ਇਹ ਵੀ ਗਾਲ ਆ। ਅਤੇ ਮੈਂ ਉਸ ਤੋਂ ਬਾਅਦ ਕੋਈ ਨਹੀਂ, ਸਾਰਾ ਜੀਵਨ ਅੱਖਾਂ ਮੈਲੀਆਂ ਨਹੀਂ ਹੋਣ ਦਿੱਤੀਆਂ। ਇਹ ਨਹੀਂ ਕਿ ਉਹ ਸੋਹਣੇ ਨਹੀਂ ਸੀ, ਮਾਲਕ ਨੇ ਰੂਪ ਵੀ ਦਿੱਤਾ ਸੀ, ਸਭ ਕੁਛ ਦਿੱਤਾ, ਪਰ ਜਾਗਤਾ ਰੱਖਿਆ ਆਪਣੇ ਆਪ ਦੇ ਉੱਤੇ, ਕੰਨਾਂ ਨੂੰ ਉਹ ਹੀ ਸੁਣ ਦਿੱਤਾ ਜੇ ਜੋ ਇਹ ਸੁਣ ਆਏ ਹਨ। ਰਸਨਾ ਤੋਂ ਵੀ ਵਾਹਿਗੁਰੂ ਵਾਹਿਗੁਰੂ, ਭਾਈ ਹੱਥਾਂ ਨੂੰ ਵੀ ਮੈਲ ਨਹੀਂ ਹੋਣ ਦਿੱਤਾ, ਇਹ ਵੀ ਲੋਭ ਲਾਲਚ ਚ ਨਹੀਂ ਫਸਣ ਦਿੱਤੇ, ਐਸਾ ਜੀਵਨ। ਤੇ ਬਾਣੀ ਵੀ ਕਹਿੰਦੇ ਅਹਿਮਦ ਮਨ ਪੂਰ ਥੰਧਾਈ, ਹੰਕਾਰ ਵਾਲੀ ਬੁੱਧੀ ਜਿਹੜੀ ਹੰਕਾਰ ਵਾਲੀ ਮੱਤ ਹੈ, ਸਮਝ ਲਓ ਤੁਹਾਡੇ ਮਨ ਨੂੰ ਪੂਰਾ ਥਿੰਦਾ ਲੱਗ ਗਿਆ। ਜਿੱਦਾਂ ਭਾਂਡੇ ਕਿਸੇ ਨੂੰ ਲੱਗ ਜਾਏ ਨਾ, ਥਿੰਦਾ ਦੀ ਛੇਤੀ ਕੀਤੇ ਸਾਫ ਨਹੀਂ ਹੁੰਦਾ। ਹੰਕਾਰ ਵਾਲੀ ਬੁੱਧੀ ਬਣ ਜਾਏ ਤੇ ਮਨ ਥਿੰਦਾ ਹੋ ਗਿਆ। ਤੇ ਕਹਿੰਦੇ ਹੁੰਦੇ ਆ ਸਾਧ ਧੂਰ ਕਰ ਸੁਧ ਮੰਜਾਈ, ਬਾਣੀ ਨਾਲ ਸਾਧਾਂ ਦੀ ਧੂੜ ਕੀ ਹੈ, ਸਾਧਾਂ ਦੇ ਬਚਨਾਂ ਨੂੰ ਸਵਾਲ ਨਹੀਂ ਚੱਟਣੀ, ਸਾਧਾਂ ਦੇ ਬਚਨ ਆ, ਬਚਨਾਂ ਨੂੰ ਮਨ ਨਾਲ ਮਨ ਨੂੰ ਮਾਂਝ, ਤੇ ਇਹ ਤਾਂ ਇਹ ਥਿੰਦਾ ਲੱਥਣਾ, ਤਾਂ ਤੇਰੀ ਸ਼ੁੱਧ ਮੰਜਾਈ ਹੋਣੀ ਹੈ। ਤੇ ਜੀਵਨ ਅੰਦਰ ਸਹਿਜ ਪਾਠ ਕੀਤੇ, ਸਹਿਜ ਬਾਣੀ ਨਾਲ ਜੁੜੇ, ਸਹਿਜ ਵਿਚਾਰ ਕੀਤੇ, ਤੋ ਗੁਰੂ ਪਿਆਰ ਵਾਲਿਓ ਇੱਕ ਛੋਟੀ ਜਿਹੀ ਘਟਨਾ ਦੱਸਣੀ ਹੈ, ਜਿਵੇਂ ਉਹਨਾਂ ਦਾ ਕੀ ਮਨ ਦਾ ਇਹ ਤੋਂ ਆਪਾਂ ਲਾ ਸਕਦੇ ਅੰਦਾਜ਼ਾ ਕੀ ਹੈ। ਮੇਰੇ ਸਾਡੇ ਇੱਥੇ ਚਾਚੀ ਜੀ ਸਨ ਘਰ ਦੇ ਵਿੱਚ, ਬੀਬੀ ਪ੍ਰੀਤਮ ਕੌਰ, ਉਹਨਾਂ ਦੀ ਪੈਲੀ ਵਾਹੁੰਦੇ ਹੁੰਦੇ ਸੀ, ਇੱਕ ਵਾਰੀ ਪੈਲੀ ਵਾਹੀ, ਫਸਲ ਹੋਈ ਨਹੀਂ, 10 ਕਨਾਲੀ ਖੇਤ ਸੀ ਤੇ 5 ਬੋਰੀਆਂ ਕਣਕ ਦੀਆਂ, ਘਰ ਆ ਕੇ ਉੱਦਾਂ ਹੀ ਮੈਂ ਕਿਹਾ ਦਾਣੇ ਕਿੱਧਰ ਗਏ, ਕਹਿੰਦੇ ਦਾਣੇ ਮੈਂ ਚਾਚੀ ਦੇ ਘਰੇ ਸਾਰੇ ਰੱਖੇ ਆ, ਅੱਧ ਨਹੀਂ ਕੀਤਾ, 2.5 ਬੋਰੀਆਂ ਰੱਖਦਾ, ਮੈਨੂੰ ਸ਼ਰਮ ਆਉਣੀ ਸੀਗੀ, 2.5 ਬੋਰੀਆਂ ਮੈਂ ਉਹਦੇ ਘਰ ਰੱਖ ਕੇ ਆਉਂਦਾ ਨਾ, ਮੈਨੂੰ ਸ਼ਰਮ ਆਉਣੀ ਸੀਗੀ। ਉਹ ਸਿਆਣੀ ਸੀ, ਉਹ ਤੋਂ ਝੱਲ ਨਹੀਂ ਸੀ ਹੋਣਾ ਕਿ ਸਾਰਾ ਐਡਾ ਖੇਤ ਇੰਨੇ ਦਾਣੇ, ਤੇ ਮੈਨੂੰ ਕਹਿੰਦੇ ਸੌਂ ਖਾ ਲਾ, ਤੂੰ ਵੀ ਉਹਨੂੰ ਦੱਸਣਾ ਨਹੀਂ ਕਿ ਮੈਂ ਸਾਰੇ ਰੱਖੇ ਆ, ਹੋਈ ਇੰਨੇ ਆ ਉਹਨੇ ਰੱਖਿਆ ਦੇ। ਇਹਦੇ ਵਿੱਚ ਕੀ ਅਸੀਂ ਲੈ ਸਕਦੇ ਸਿੱਖਿਆ, ਵਿਆਹੋ ਨਾ ਕਿਸੇ ਥਾਂ, ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ, ਇਹ ਸੰਭਾਲ ਲਈਏ, ਕਿਉਂਕਿ ਮਾਲਕ ਦੇ ਸਭ ਕੁਛ ਨਿਕਟ ਵਸੈ ਦੇਖਿਆ, ਸਭ ਸੋਈ ਉਤੇ ਬਿਲਕੁਲ ਲਾਗੇ ਹੈ, ਸਭ ਕੁਛ ਦੇਖ ਰਿਹਾ ਹੈ। ਸੋ ਗੁਰੂ ਪਿਆਰ ਵਾਲਿਓ, ਐਸਾ ਜੀਵਨ, ਐਸਾ ਭਗਤਾਂ ਵਾਲਾ ਜੀਵਨ, ਸੰਤਾਂ ਵਾਲਾ ਜੀਵਨ ਦੇ ਮਰਨਾ ਤੇ ਸਾਰਿਆਂ ਨੇ ਜਾਂ ਫਰੀਦ ਜੀ ਤੇ ਸਾਨੂੰ ਸਿੱਧੀ ਗੱਲ ਕਰਦੇ ਆ, ਫਰੀਦਾ ਗੋਰ ਨਿਮਾਣੀ ਸੱਡ ਕਰੈ, ਇਹ ਨਿਮਾਣੀ ਗੋਰ, ਗੋਰ ਹੁੰਦੀ ਕਬਰ, ਇਹ ਸੱਦਾ ਦੇ ਰਹੀ ਹੈ, ਬਾਜ ਮਾਰਦੀ ਕਿ ਤੈਨੂੰ ਤੁਰਿਆ ਜਾਂਦਾ ਨੀ, ਘਰਿਆ ਘਰ ਆ, ਤੇਰਾ ਹਾਸਲ ਘਰ ਹੈ ਜੇ ਸਾਨੂੰ ਮਰਨਾ ਚੇਤੇ ਹੋਵੇ। ਸਰ ਪਰ ਇੱਥੇ ਮੈਂ ਇੱਥੇ ਆਵਣਾ, ਮਰਨੋ ਨਾ ਡਰਿਆ, ਇੱਥੇ ਜ਼ਰੂਰ ਆਉਣਾ ਆ, ਮਨੋ ਨਾ ਡਰੀ। ਸੋ ਉਹਨਾਂ ਦੀ ਜਿਹੜੀ ਨੇਕ ਤੇ ਸੁੱਚੀ ਸੱਚੀ ਕਮਾਈ ਨੇ, ਜਿੱਥੇ ਜਿੱਥੇ ਵੀ
ਜਿਹਦੇ ਜਿਹਨੇ ਵੀ ਵਰਤੀ ਹੈ ਉਹ ਪ੍ਰਫੁੱਲਤ ਹੀ ਹੋਇਆ, ਵਧੀਆ ਹੋਇਆ, ਅਤੇ ਆਪ ਰਿਸ਼ਤੇਦਾਰ ਉਹਨਾਂ ਦੇ ਪਿਆਰ ਵਾਲੇ ਦੂਰੋਂ ਨੇੜਿਓਂ ਮੇਰੇ ਨਗਰ ਨਿਵਾਸੀ ਸਾਰੇ ਜੋ ਇਸ ਵਿਛੋੜੇ ਦੀ ਘੜੀ ਵਿੱਚ ਸਭ ਨੇ ਸਾਂਝ ਪਾਈ ਹੈ, ਕਿਉਂਕਿ ਸ੍ਰੀ ਸਹਿਲ ਪਾਠ ਰੱਖੇ ਗਏ ਸਨ ਘਰ ਵਿੱਚ, ਉਹਨਾਂ ਦੇ ਭੋਗ ਪਏ। ਆਤਮਾ ਨੂੰ ਸ਼ਾਂਤੀ ਦੇਣ ਲਈ ਨਹੀਂ ਮੈਂ ਕਿਹਾ ਸ਼ਬਦ ਭਾਈ ਜੀ ਇਹ ਬੋਲਿਓ ਕਿ ਸਾਨੂੰ ਧਰਵਾਸ ਦੇਣ ਲਈ ਬਾਣੀ ਦਾ ਪਾਠ ਰੱਖਿਆ ਗਿਆ। ਸੋ ਆਪ ਇਸੇ ਤਰ੍ਹਾਂ ਹੀ ਸਾਡੇ ਦੁੱਖ ਸੁੱਖ ਅਗਲੇ ਜੀਵਨ 'ਚ ਕੋਈ ਪਤਾ ਨਹੀਂ ਅਗਲੇ ਪਲ ਕੀ ਸਾਡੇ ਲਈ ਮਾਲਕ ਨੇ ਰੱਖਿਆ ਹੋਇਆ ਹੈ। ਆਸ ਕਰਦੀ ਹਾਂ ਕਿ ਆਪ ਇਸ ਤਰ੍ਹਾਂ ਹੀ ਸਾਡੇ ਨਾਲ ਚੱਲੋਗੇ ਜਿਵੇਂ ਉਹਨਾਂ ਦੇ ਹੁੰਦਿਆਂ ਸਾਡੇ ਨਾਲ ਚੱਲਦੇ ਸੀ। ਸੋ ਇਹ ਹੀ ਸਾਡੇ ਲਈ ਬਹੁਤ ਵੱਡਾ ਆਸਰਾ ਹੈ ਕਿ ਇੱਥੇ ਰਹਿੰਦਿਆਂ ਕੋਈ ਆਪਣਾ ਹੋਵੇ ਜੋ ਔਖੇ ਸੌਖੇ ਵੇਲੇ ਭੈਣ ਭਰਾ ਦੀ ਬਾਂਹ ਫੜੇ। ਸੋ ਹੁਣ ਸਾਰੀਆਂ ਸੰਗਤਾਂ ਵਾਸਤੇ ਜੋ ਚਾਹ ਪਾਣੀ ਦੇ ਲੰਗਰ, ਰੋਟੀ ਪਾਣੀ ਦੇ ਲੰਗਰ ਤਿਆਰ ਹਨ, ਸਾਰੀ ਸੰਗਤ ਨੇ ਛੱਕ ਕੇ ਜਾਣਾ ਹੈ। ਅਤੇ ਇੱਕੋ ਹੀ ਬੇਨਤੀ ਹੈ ਕਿ ਜਿਵੇਂ ਮੇਰਾ ਅਤੇ ਉਹੀ ਭਰੋਸਾ ਹੈ ਮਾਲਕ 'ਤੇ ਕਿ ਦਾਦਾ ਦਾਤਾ ਇੱਕ ਹੈ, ਦੇਣ ਵਾਲਾ ਇੱਕੋ ਹੀ ਮਾਲਕ ਹੈ, ਹੋਰ ਕੋਈ ਨਹੀਂ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਡਰ ਕੇ ਵੈਸਣ ਪਾਈ ਹੈ, ਉਹ ਨਾਨਕ ਬਾਂਹ ਲੜਾਈ ਹੈ। ਇੱਦਾਂ ਬਾਂਹ ਕਰਕੇ ਜਿੱਦਾਂ ਕਬੱਡੀ ਦਾ ਰੇਡ ਪਾ ਕੇ ਨਾ ਕੋਈ ਨੰਬਰ ਲੈ ਕੇ ਆਉਂਦਾ ਆਪਣੇ ਹੰਦਿਆਂ ਵੱਲ ਨੂੰ, ਇਸ ਤਰ੍ਹਾਂ ਉਸ ਮਾਲਕ ਵੱਲ ਨੂੰ ਜਾਈਏ ਕਿ ਅਸੀਂ ਆ ਗਏ ਹਾਂ ਤੇਰੇ ਕੋਲ, ਅਸੀਂ ਜਿੱਤ ਕੇ ਆਏ ਹਾਂ, ਹਾਰ ਕੇ ਨਹੀਂ ਆਏ। ਸੋ ਇਸ ਤਰ੍ਹਾਂ ਦੀ ਮਾਲਕ ਸਾਨੂੰ ਸਮਰੱਥਾ ਬਖਸ਼ੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ, ਸ਼ੁਕਰਾਨਾ ਹੈ ਜੋ ਆਏ ਹੋ। ਉਹ ਰੂਹ ਵੀ ਇੱਥੇ ਜ਼ਰੂਰ ਹੋਊਗੇ, ਦੇਖ ਰਹੇ ਹੋਣਗੇ ਕਿ ਹਾਂ ਮੈਨੂੰ ਕਹਿਣਾ ਸੋਹਣਾ ਬੋਲੀ, ਫਿਰ ਤੂੰ ਚੰਗਾ ਬੋਲਿਆ, ਚੰਗਾ ਕੀਤਾ। ਸੋ ਇਹ ਸਾਰਾ ਉਹਨਾਂ ਦਾ ਹੀ ਜੋ ਮੇਰੇ ਪਿੱਛੇ ਹੱਥ ਜਾਂ ਮੈਨੂੰ ਮਾਲਕ ਦੇ ਨਾਲ ਜੁੜਨ ਵਾਸਤੇ ਜੋ ਵੀ ਸਭ ਉਹਨਾਂ ਦੀ ਹੀ ਦੇਣ ਸੀ, ਅਤੇ ਉਸ ਦੇਣ ਨੂੰ ਮੈਂ ਅੱਗੇ ਲੈ ਕੇ ਝੋਲੀ ਪਵਾ ਕੇ ਐਂ ਹੀ ਤੁਰਾਂਗੀ ਅਤੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਾਂਗੇ। ਸੋ ਵਾਹਿਗੁਰੂ ਕਿਰਪਾ ਕਰੇ ਸਾਨੂੰ ਵੀ ਇਸ ਭਾਣੇ ਨੂੰ, ਕਿਉਂਕਿ ਮੈਂ ਭਾਣਾ ਤਾਂ ਬਹੁਤ ਵਾਰੀ ਕਹਿੰਦੀ ਸਾਰਿਆਂ ਨੂੰ, ਭਾਣਾ ਮੰਨਿਆ ਕਰੋ, ਭਾਣਾ ਮੰਨਿਆ ਕਰੋ, ਜਦੋਂ ਸਿਰ 'ਤੇ ਆਉਂਦਾ ਨਾ। ਹੁਣ ਅਰਦਾਸ ਉੱਡਣ ਦੀ ਇਹੀ ਕਰਦੀ, ਮਾਲਕ ਜੀ ਮੈਨੂੰ ਵੀ ਭਾਣਾ ਮੰਨਣ ਦੀ ਬਲ ਦੇ, ਤਾਕਤ ਦੇ, ਮੈਂ ਵੀ ਮੰਨ ਲਵਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਰਦੀਪ ਸਿੰਘ ਜੀ, ਗੁਰਸਿਮਰਨ ਸਿੰਘ ਪਗੜੀ ਰਸਮ ਅਦਾ ਕਰਨਗੇ ਅਤੇ ਹੋਰ ਕੋਈ ਲੈਣ ਦੇਣ ਨਹੀਂ ਹੋਏਗਾ। ਕਹਿਣਾ ਨਾਮ ਸੋਗ ਕਰੇ ਭਾਗ ਯੋਗ ਸੰਤ ਨੋ ਸੋਏ।
ਠਾਕਰ ਤੂੰ ਸ੍ਰੀ ਵਾਹਿਗੁਰੂ ਵਾਹਿਗੁਰੂ ਆਪੇ ਹਰਿ ਰੰਗ ਹੈ ਆਪੇ ਗੋਰੰਗੀ ਜੋ ਜਿਸ ਭਾਵੈ ਨਾਨਕ ਸਾਈ ਕਰ ਚੰਗੀ ਰਾਮ ਗਯੋ ਰਾਮਨ ਗਯੋ ਜਾਗੋ ਬਹੁ ਪਰਵਾਰ ਕਹੋ ਨਾਨਕ ਸਿਰ ਕਛ ਨਹੀਂ ਸੁਪਨੇ ਜੋ ਸੰਸਾਰ ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਕੀ ਫਤਿਹ ਸ੍ਰੀ ਭਗਵਤ ਜੀ ਸਹਾਰੇ ਵਾਹਿਗੁਰੂ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਦੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਰੇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੂੰ ਨਿਧਿਆ ਵੀ ਧਾਰੇ ਸਭ ਥਾਣੀ ਹੋਈ ਸਹਾਰੇ ਦਸਵੇਂ ਪਾਤਸ਼ਾਹ ਚਰਾਂ ਪਿਆਰਿਆਂ ਸਚਿਆਰਿਆਂ ਦੀ ਮੇਹਰ ਕਮਾਈ ਵੱਲ ਧਿਆਨ ਕਰਕੇ ਖਾਲਸਾ ਸਾਹਿਬ ਜੀਓ ਬੋਲਣਾ ਜੀ ਸ੍ਰੀ ਨਿਰਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਹੋਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੇ ਅਕਾਲ ਪੁਰਖ ਅੰਤਰਜਾਮੀ ਦੀਨਾ ਬੰਧੂ ਪਤਿਤ ਪਾਵਨ ਅੰਤਰਜਾਮੀ ਦੀਨ ਦਿਆਲ ਪਾਤਸ਼ਾਹ ਸੁਰੇ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਕਰਦਾਸ ਬੇਨਤੀ ਪ੍ਰਾਰਥਨਾ ਜੋ ਜਿਹੜੀ ਕਿਰਪਾ ਧੰਨ ਜੋ ਆਪ ਜੀ ਦਾ ਪਾਵਨ ਪਵਿੱਤਰ ਫਰਮਾਨ ਹੈ ਜੇ ਹਰ ਚੇਰੀ ਲਿਖਿਆ ਤੇ ਹਾ ਹੁਕਮ ਕਮਾਏ ਧਰੇ ਆਵੇ ਨਾਨਕ ਸਤੇ ਉੱਠੀ ਜਾਏ ਰਾਣਾ ਰਾਓ ਨਾ ਕੋ ਰਹੇ ਰੰਗ ਰੰਗ ਦੁੱਖ ਸੁਖੀ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਮਹਾਂਪੁਰ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੇ ਸੇਵਕ ਦਰ ਘਰ ਦੇ ਪ੍ਰੀਤਵਾਨ ਹਰ ਮਾਸਟਰ ਸਾਹਿਬ ਸ੍ਰੀ ਮਾਨ ਸਰਦਾਰ ਜਰਨੈਲ ਸਿੰਘ ਜੀ ਜੋ ਸੰਸਾਰ ਦੀ ਯਾਤਰਾ ਕਰਦੇ ਹੋਏ ਗਰੀਬ ਨਿਵਾਸ ਪਾਤਸ਼ਾਹ ਉਹਨਾਂ ਨੂੰ ਜਿੰਨੀ ਆਯੂ ਬਖਸ਼ਿਸ਼ ਕੀਤੀ ਸੀ ਹੁਕਮ ਅਨੁਸਾਰ ਆਯੂ ਭੁੱਕੇ ਸਰੀਰ ਕਰਕੇ ਵਿਚਣ ਚੁੱਕੇ ਹਨ ਗਰੀਬ ਨਿਵਾਸ ਪਾਤਸ਼ਾਹ ਉਹਨਾਂ ਦੀ ਯਾਦ ਵਿੱਚ ਤੇ ਘਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗਰੀਬ ਨਿਵਾਸ ਪਾਤਸ਼ਾਹ ਉਹਨਾਂ ਦੇ ਜੀਵਨ ਸਾਥੀ ਬੀਬੀ ਰਿੰਦਰਪਾਲ ਕੌਰ ਜੀ ਉਹਨਾਂ ਦੇ ਬੇਟੇ ਤੇਜਪਾਲ ਸਿੰਘ ਦਿਕਸ਼ਨ ਅਤੇ ਉਹਨਾਂ ਦੇ ਬੇਟੇ ਕਲਗੁਰ ਸਿਮਰਨ ਸਿੰਘ ਸਮੂਹ ਪਰਿਵਾਰ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗਰੀਬ ਨਿਵਾਸ ਪਾਤਸ਼ਾਹ ਆਪਣੇ ਗ੍ਰਹਿ ਵਿਖੇ ਜੋ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ ਭੋਗ ਪੈਣ ਭੋਗ ਸੁਪਰੰਗ ਗੁਰਦੁਆਰਾ ਸਾਹਿਬ ਕੇ ਦੀਵਾਨ ਸੱਜੇ ਹਨ ਗਰੀਬ ਨਿਵਾਸ ਪਾਤਸ਼ਾਹ ਗੁਰਮਤ ਵਿਚਾਰਾਂ ਹੋਈਆਂ ਕੀਰਤਨ ਹੋਏ ਕਿਤਨਾ ਸਮਾਂ ਗੁਰਜਸ ਗੁਰਬਾਣੀ ਗਹਿਣ ਕਰਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਕਈ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਜਨ ਪ੍ਰਜਾ ਨੂੰ ਖਿਮਾ ਕਰਨੀ ਅੱਗੇ ਵਧਦੇ ਸ਼ੁੱਧ ਬਾਣੀ ਸੋ ਸੇਵਾ ਕਰਦੇ ਬਲ ਬੰਦੀ ਤਾਕ ਬਖਸ਼ਿਸ਼ ਕਰਨੀ ਤੇ ਹਰ ਮਾਸਟਰ ਸਾਹਿਬ ਸਲਾਮ ਜਨਾਇਆ ਸਿੰਘ ਜਿੱਥੇ ਵੀ ਆਤਮਾ ਹੋਵੇ ਸਤਿਗੁਰੂ ਇਹ ਸਾਧ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿਛੇ ਪਰਿਵਾਰ ਨੂੰ ਭਾਣਾ ਬਣ ਦਾ ਬਲ ਬਖਸ਼ਣਾ ਆਪਣੇ ਚਰਨਾਂ ਕਮਲਾਂ ਦੀ ਗੁਰਪ੍ਰੀਤੀ ਤੇ ਪਰਿਵਾਰ 'ਚ ਸੁੱਖ ਸ਼ਾਂਤੀ ਵਰਤਾਉਣੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਗਰੀਬ ਨਿਵਾਸ ਪਾਤਸ਼ਾਹ ਜੋ ਵੀ ਮਾਈ ਭਾਈ ਸਿੰਘ ਸੰਤਾਂ ਨੇ ਹਰ ਮਾਸਟਰ ਸਾਹਿਬ ਸ੍ਰੀ ਮਾਨ ਸਰਦਾਰ ਜਰਨੈਲ ਸਿੰਘ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਗੁਰੂ ਸਾਹਿਬ ਜੀ ਆਪ ਜੀ ਦੇ ਦਰਬਾਰ 'ਚ ਹਾਜ਼ਰੀਆਂ ਭਰੀਆਂ ਸਰਬਤ ਸਾਧ ਸੰਗਤ ਦੀਆਂ ਹਾਜ਼ਰੀਆਂ ਦਾ ਪ੍ਰਬੰਧ ਕਰਨੀਆਂ ਕਹੀ ਕਦਮ ਰੇਖੇ ਰਾਵਣ ਯਾਤਰਾ ਸਫਲ ਕਰਨੀ ਲੱਗਣ ਖੇੜੇ ਮਾਰ ਡੰਗ ਜੀਆਂ 'ਚ ਸੁੱਖ ਵਰਤਾਉਣੀ ਤੇ ਦੇਸ਼ ਦਾ ਭਲਾ ਕਰਨਾ ਗਰੀਬ ਨਿਵਾਸ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਪ ਜੀ ਗਰੀਬ ਨਿਵਾਸ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਗਰੀਬ ਨਿਵਾਸ ਪਾਤਸ਼ਾਹ ਬੀਬੀ ਰਵਿੰਦਰ ਕੁਮਾਰ ਕੌਰ ਵੱਲੋਂ ਗਰੀਬ ਨਿਵਾਸ ਪਾਤਸ਼ਾਹ ਦੀਆਂ ਕਿਰਤਾਂ ਬਿਰਤਾਂ ਨੂੰ ਸਫਲ ਕਰਦੇ ਹੋਏ ਮਾਸਟਰ ਜੀ ਦੀ ਯਾਦ ਵਿੱਚ ਗੁਰੂ ਘਰ ਵਾਸਤੇ 5000 ਸਮੜਾ ਅਰਦਾਸ ਕਰਾਉਂਦੇ ਹਾਂ ਤੇ ਬੀਬੀ ਗੁਰਵਿੰਦਰ ਕੌਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ 5000 ਗੁਰੂ ਘਰ ਵਾਸਤੇ ਮਾਇਆ ਅਰਦਾਸ ਕਰਾਉਂਦੇ ਹਨ ਗਰੀਬ ਨਿਵਾਸ ਜਿਸ ਖਜ਼ਾਨਿਆਂ 'ਚੋਂ ਮਾਇਆ ਨਿਕਲੇ ਖਜ਼ਾਨੇ ਭਰਪੂਰ ਕਰਦੇ ਬੀਜਿਆ ਹਰਿਆ ਕਰਨਾ ਕਿਰਤ ਕਮਾਈਆਂ ਦੀਆਂ ਬਖਤਾਂ ਪਾਣੀਆਂ ਤੇ ਦੇਹ ਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਹਰ ਪ੍ਰਕਾਰ ਸਹਾਇਤਾ ਕਰਨੀ ਸਮੂਹ ਪਰਿਵਾਰ ਵੱਲੋਂ ਆਪਦੀਆਂ ਬਖਸ਼ੀਆਂ ਹੋਣੀਆਂ ਸਭ ਸੰਗਤ ਵਰਤਾਉਣ ਦੀ ਆਗਿਆ ਪਰਸੋਂ ਲੰਗਰ ਦਾ ਸਾਰਾ ਸੰਤ ਆਇਆ ਹੈ ਹਾਂ ਖੱਚਾ ਰੰਗ ਭਾਈ
ਤੋੜਨ ਆਵੇ ਰੱਖ ਜਾਈ ਜੇ ਜੇ ਸੱਚੇ ਕਰਨੀ ਲੰਗਰ ਫੋਟੋ ਤਾਂ ਛੇ ਪੌੜੀਆਂ ਹਨ ਸਰ ਜੀ ਕਿਰਦਾਰ ਸਤਿਗੁਰ ਕਿਰਪਾ ਕਰੋ ਆਈਆਂ ਸੰਤਾਂ ਨੂੰ ਤੇ ਹੋੜਨੀ ਸਲਾਹ ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋੜਾ ਗਿਆ ਕਹੀਆ ਕਾਲ ਨਾਮ ਜਹਾਜ ਹੈ ਚੜੇ ਸੋ ਚੜੇ ਪਾਰ ਜੋ ਚੜਦਾ ਕਰ ਸਿੰਧ ਵਾਹਿਗੁਰੂ ਪਾਰੇ ਉਤਾਰਨ ਹਾਰ ਸਾਲਾ ਗੁਰੂ ਨਾਨਕ ਪਾਤਸ਼ਾਹ ਜੀ ਜੋ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ
ਉਹ ਉਸ ਸਮੇਂ ਤੇ ਉਹ ਖੋਲਿਆ ਜਾ ਸਕੇ ਸੰਗਤਾਂ ਦੇ ਦਰਸ਼ਨਾਂ ਵਾਸਤੇ, ਸੰਗਤਾਂ ਦੀਆਂ ਲੋੜਾਂ ਵਾਸਤੇ, ਕਿਉਂਕਿ ਉੱਥੇ ਇਸ ਤਰ੍ਹਾਂ ਦਾ ਸਮਾਨ ਆਏਗਾ ਕਿ ਸੂਈ ਤੋਂ ਲੈ ਕੇ ਕਾਰ ਤੱਕ ਜੋ ਹੈ ਉਹ ਮਿਲੇਗਾ, ਸਾਨੂੰ ਮਿਲੇਗਾ ਵੀ ਬਹੁਤ ਵਧੀਆ ਸਸਤੇ ਰੇਟਾਂ 'ਤੇ ਮਿਲੇਗਾ। ਸੋ ਮੇਰੇ ਵੱਲੋਂ ਆਪਣੀ ਸੇਵਾ ਸੁਸਾਇਟੀ ਬੀਬੀਆਂ ਦਾ ਬਹੁਤ ਹੀ ਧੰਨਵਾਦ ਹੈ, ਸ਼ੁਕਰਾਨਾ ਹੈ ਜਿਨ੍ਹਾਂ ਨੇ ਇੰਨਾ ਮਾਣ ਕੀਤਾ ਹੈ। ਸੋ ਆਪਾਂ ਸਾਰੇ ਇਸੇ ਤਰ੍ਹਾਂ ਹੀ ਸੇਵਾ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਪਾਉਂਦੇ ਰਹੀਏ। ਆਪ ਸਭ ਦੇ ਇਹੀ ਬੇਨਤੀ ਹੈ ਕਿ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।